ਰਾਮ ਸਰੂਪ ਅਣਖੀ ਦਾ ਨਾਵਲ ਸਰਦਾਰੋ ਦਾ ਵਿਵਾਂਗ ਲੈਲ ਖੁਰਦ ਰਹਿੰਦੇ ਆ ਉਹਨਾਂ ਨੂੰ 2 ਸਾਲ ਗੁਜ਼ਰ ਗਏ, ਪਤਾ ਵੀ ਨਹੀਂ ਲੱਗਿਆ। ਇਸ ਦੌਰਾਨ ਜਵਾਲਾ ਸਿੰਘ ਨੂੰ ਬਹੁਤ ਲਾਭ ਹੋਇਆ, ਉਹਦੇ 15 ਊਂਠ ਵਿਕ ਗਏ, ਸਾਰੇ ਨਫ਼ਾ ਦੇ ਕੇ ਗਏ। ਫਿਰ ਜਵਾਲਾ ਸਿੰਘ ਨੇ 8 ਮੱਝਾਂ ਖਰੀਦ ਲਈਆਂ, 8 ਦੁੱਧ ਦਿੰਦੀਆਂ, ਬਾਹਰਲੇ ਘਰ ਦੀ ਘਰ ਹੀ ਮੱਝਾਂ ਦਾ ਪ੍ਰਬੰਧ ਕਰ ਲਿਆ। ਮੱਝਾਂ ਵੀ ਉਹੀ ਸਾਂਭਦੇ, ਮੈਂਗਲ ਧਾਰਾਂ ਵੀ ਕੱਢ ਲੈਂਦਾ। ਸਰਦਾਰੋ ਗੋਹਾ ਕੂੜਾ ਕਰਦੀ, ਮੱਝਾਂ ਕਰਕੇ ਕੰਮ ਵੱਧ ਗਿਆ ਸੀ, ਉਹਨਾਂ ਨੂੰ ਨਿੱਤ ਨਵਾਉਣਾ ਪੈਂਦਾ। ਇੰਨੇ ਪਸ਼ੂਆਂ ਲਈ ਪੰਪ ਥੋੜ੍ਹਾ ਸੀ, ਮੱਝਾਂ ਟੋਭੇ 'ਚ ਨਹਾ ਕੇ ਆਉਂਦੀਆਂ। ਕਦੇ ਕਦੇ ਅਜਿਹਾ ਹੁੰਦਾ ਕਿ ਕੋਈ ਮੱਝ ਟੋਭੇ 'ਤੇ ਜਾ ਕੇ ਨਹਾਉਂਦੀ, ਘੱਟ ਲਿਬੜਦੀ, ਬਹੁਤਾ ਖਰਮਸਤੀ ਕਰਦੀ, ਕਾਬੂ ਵੀ ਨਹੀਂ ਆਉਂਦੀ ਸੀ। ਪਿੰਡ 'ਚ ਬਿਜਲੀ ਆ ਚੁੱਕੀ ਸੀ, ਲਹਿਰੇ ਗਾਗੇ ਤਾਂ ਪਹਿਲਾਂ ਹੀ ਸੀ, ਹੁਣ ਲੈਲ ਖੁਰਦ ਨੂੰ ਵੀ ਤਾਰਾਂ ਆ ਗਈਆਂ। ਮੈਂਗਲ ਦੇ ਸੁਝਾਅ ਨਾਲ ਜਵਾਲਾ ਸਿੰਘ ਨੇ ਬਾਹਰਲੇ ਘਰ ਬੋਰ ਕਰਵਾਇਆ ਅਤੇ ਮੋਟਰ ਲਵਾ ਲਈ। ਮੋਟਰ ਅੱਗੇ ਵੱਡਾ ਚਬੱਚਾ, ਮੋਟਰ ਦਾ ਪਾਣੀ ਨਹਿਰ ਦੇ ਮੋਗੇ ਜਿੰਨਾ ਸੀ, ਆਦਮੀ ਦੀ ਗਰਦਨ ਤੋਂ ਮੋਟੀ ਧਾਰ ਡਿੱਗਦੀ। ਊਠਾਂ ਅਤੇ ਮੱਝਾਂ ਤੋਂ ਪਾਣੀ ਮੁੱਕਦਾ ਨਹੀਂ ਸੀ, ਹੁਣ ਸਾਰੇ ਪਸ਼ੂ ਚਬੱਚੇ ਦਾ ਹੀ ਪਾਣੀ ਪੀਂਦੇ, ਮੱਝਾਂ ਨੂੰ ਵੀ ਉੱਥੇ ਨਵਾਉਂਦੇ। ਨਹਾਤੀ ਹੋਈ ਮੱਝ ਨਿੱਸਲ ਹੋ ਜਾਂਦੀ, ਪੂਰਾ ਦੁੱਧ ਲਾਉਂਦੀ। ਲਹਿਰੇ ਗਾਗੇ ਤੋਂ ਇੱਕ ਬੰਦਾ ਵੱਡੇ ਵੱਡੇ ਢੋਲ ਲੈ ਕੇ ਆਉਂਦਾ, ਉਹਦੇ ਕੋਲ ਮੋਟਰਸਾਈਕਲ ਸੀ, ਕਾਲਾ ਜਿਹਾ ਦੁੱਗ ਦੁੱਗ ਕਰਦਾ ਚੱਲਦਾ, ਜਿਵੇਂ ਢੱਠਾ ਬੜਕਾ ਮਾਰਦਾ ਹੋਵੇ। ਆਥਣ ਉੱਗਣ ਉਹ ਦੋਵੇਂ ਵੇਲੇ ਆਉਂਦਾ ਅਤੇ ਮੱਝਾਂ ਚੁਆ ਕੇ ਲੈ ਜਾਂਦਾ। ਇਮਾਨਦਾਰ ਬੰਦਾ ਸੀ, ਖੁਦ ਹੀ ਦੁੱਧ ਮਿਣਦਾ, ਖੁਦ ਹੀ ਮੈਂਗਲ ਦੀ ਕਾਪੀ 'ਚ ਲਿਖ ਜਾਂਦਾ। ਕਦੇ ਕਦੇ ਜਵਾਲਾ ਸਿੰਘ ਆਪ ਆਉਂਦਾ ਅਤੇ ਬਹਿ ਕੇ ਦੇਖਦਾ, ਉਹ ਮੈਂਗਲ ਦੇ ਕੰਮ 'ਤੇ ਬਹੁਤ ਖੁਸ਼ ਸੀ। ਉਹਨੇ ਮੈਂਗਲ ਦੇ ਪੈਸੇ ਵਧਾ ਦਿੱਤੇ, ਉਸ ਸਾਲ ਉਹਨੇ ਮੈਂਗਲ ਅਤੇ ਸਰਦਾਰੋ ਨੂੰ ਨਵੇਂ ਕੱਪੜੇ ਵੀ ਲੈ ਕੇ ਦਿੱਤੇ। ਜਵਾਲਾ ਸਿੰਘ ਮੈਂਗਲ ਨੂੰ ਆਪ ਮੰਡੀ ਲੈ ਕੇ ਗਿਆ, ਸਰਦਾਰੋ ਨੂੰ ਨਾਲ ਗਏ। ਪਸ਼ੂਆਂ ਦੇ ਕੰਮ ਤੋਂ ਵਿਹਲੀ ਹੋ ਕੇ ਸਰਦਾਰੋ ਅੰਦਰਲੇ ਘਰ ਚਲੀ ਜਾਂਦੀ, ਉਹਨਾਂ ਦੇ ਨਿੱਕੇ ਨਿੱਕੇ ਕੰਮ ਕਰਦੀ, ਕੱਪੜੇ ਧੋ ਦਿੰਦੀ, ਪੀਣਾ ਛੰਡ ਦਿੰਦੀ, ਭਾਂਡੇ ਮਾਂਜਦੀ, ਕਦੇ ਕਦੇ ਰੋਟੀ ਪਕਾਉਣ ਲੱਗਦੀ। ਉਹਨੂੰ ਦਾਲਾਂ ਸਬਜ਼ੀਆਂ ਬਹੁਤ ਵਧੀਆ ਹੁੰਦੀਆਂ ਸਨ। ਮੁੰਡੇ ਰੋਟੀ ਖਾਂਦੇ ਤਾਂ ਸੀ ਸੀ ਕਰਦੇ, ਇਹ ਨਹੀਂ ਕਿ ਮਿਰਚਾਂ ਜ਼ਿਆਦਾ ਹੁੰਦੀਆਂ, ਦਾਲ ਸਬਜ਼ੀ ਸਵਾਦ ਹੀ ਇੰਨੀ ਹੁੰਦੀ ਕਿ ਮੂੰਹੋਂ ਮੱਲੋ ਮੱਲੀ ਸੀ ਸੀ ਨਿਕਲਦਾ, ਪੁੱਛਦੇ ਅੱਜ ਦਾਲ ਕਿਹਨੇ ਬਣਾਈ ਹੈ। ਕੁੜੀਆਂ ਇਕੱਠਾ ਬੋਲ ਕੱਢਦੀਆਂ ਸਰਦਾਰੋ ਨੇ। ਸਰਦਾਰੋ ਉਹਨਾਂ ਦੇ ਟੱਬਰ 'ਚ ਇਉਂ ਘੁਲ ਮਿਲ ਗਈ ਜਿਵੇਂ ਸਰੋਂ ਦੇ ਸਾਗ 'ਚ ਪਾਲਕ ਬਾਥੂ ਘੁਲ ਜਾਂਦਾ। ਜਵਾਲਾ ਸਿੰਘ ਦੀ ਨੂੰਹ ਜਸਮੇਲ ਕੌਰ ਉਹਦਾ ਮੋਹ ਵੀ ਬਹੁਤ ਕਰਨ ਲੱਗੀ, ਕਦੇ ਕਦੇ ਉਹਨੂੰ ਆਪਣੇ ਕੋਲ ਬਿਠਾ ਕੇ ਉਹਦੇ ਨਾਲ ਗੱਲਾਂ ਕਰਦੀ। ਇੱਕ ਦਿਨ ਪੁੱਛਣ ਲੱਗੀ, ਧਾਰੇ ਵਿਆਹ ਨੂੰ ਕਿੰਨਾ ਚਿਰ ਹੋ ਗਿਆ? 4 ਸਾਲ, ਸਰਦਾਰੋ ਨੇ ਐਵੇਂ ਆਖਤਾ। 2 ਸਾਲ ਤੋਂ ਉੱਤੇ ਤਾਂ ਇੱਥੇ ਹੋ ਗਏ ਸੀ, ਤੁਸੀਂ ਬੋਲਦੇ ਚੱਲਦੇ ਨਹੀਂ ਹੁੰਦੇ। ਕੀ ਬੋਲਦੇ ਚੱਲਦੇ? ਬੋਤੀਆਂ ਜੰਮੈਂ ਝੋਟੀ ਸੂਏ, ਤੋਂ ਕਿਵੇਂ ਹੈ ਬਾਈ? ਸਰਦਾਰੋ ਹੱਸ ਪਈ, ਬਹੁਤ ਹੱਸੀ। ਇਹ ਦਾਂਦ ਕਿਉਂ ਕੱਢਾ ਹੈ? ਮੈਂ ਬਸ, ਸਰਦਾਰੋ ਫਿਰ ਹੱਸਣ ਲੱਗੀ। ਫਿਰ ਹਾਲਤ ਆਈ, ਸਰਦਾਰੋ ਚੁੱਪ ਹੋ ਗਈ, ਅੱਖਾਂ ਮੀਟੀਆਂ। ਹੈਂ ਕੀ? ਸਰਦਾਰੋ ਨੇ ਫਿਰ ਅੱਖਾਂ ਮੀਟੀਆਂ। ਜਸਮੇਲ ਕੌਰ ਖਿੜਪੁੜ ਗਈ ਅਤੇ ਉਹਦੀ ਪਿੱਠ 'ਤੇ ਪੋਲਾ ਜਿਹਾ ਧੱਫਾ ਮਾਰਿਆ, ਬੋਲੀ, ਬੇਵਾ ਘੈਠੇ ਕੀ, ਨਿਊ ਬਤਾ ਫਿਰ। ਉਹਨੇ ਆਪਣੀ ਕੁੜਤੀ ਦੇ ਗੀਜੇ 'ਚੋਂ ਲੀਰ ਫੜ ਲੀਰ ਲੜ ਬੰਨੇ, 2 ਰੁਪਏ ਕੱਢੇ ਅਤੇ ਕੁੜੀ ਨੂੰ ਹਾਕ ਮਾਰੀ, ਕੁੜੇ ਅੱਖੋ ਲੈ ਫੜ, ਜਾ ਜਗਨੇ ਕੀ ਦੁਕਾਨ ਪਰ ਜਾ, ਪਤਾਸੇ ਲੈ ਭਾਜ ਕੇ ਜਾ। ਕਿੰਨਾ ਲੱਗ ਗਿਆ ਰੇ? 5ਵਾਂ। ਸਰਦਾਰੋ ਗੰਭੀਰ ਸੀ, ਪਰ ਉਹਦੀਆਂ ਅੱਖਾਂ 'ਚ ਸ਼ਰਾਰਤਾਂ ਨੱਚ ਰਹੀਆਂ ਸਨ। ਸਾਰੇ ਘਰ 'ਚ ਪਤਾਸੇ ਵੰਡੇ ਗਏ। 2 ਮਹੀਨੇ ਹੋਰ ਸਰਦਾਰੋ ਬਾਹਰਲੇ ਘਰ ਕੰਮ ਕਰਦੀ ਰਹੀ। 8ਵਾਂ ਚੜ੍ਹਿਆ ਤਾਂ ਜਸਮੇਲ ਕੌਰ ਨੇ ਉਹਨੂੰ ਘਰ ਬੁਲਾ ਲਿਆ। ਸਰਦਾਰੋ ਹੁਣ ਅੰਦਰਲੇ ਘਰ ਹੀ ਰਹਿੰਦੀ, ਘਰ ਦੇ ਕੰਮ ਕਰਦੀ, ਮੈਂਗਲ ਬਾਹਰਲੇ ਘਰ ਹੁੰਦਾ, ਰਾਤ ਨੂੰ ਵੀ ਉੱਥੇ ਹੀ ਸੌਂਦਾ, ਸਾਰਾ ਕੰਮ ਆਪ ਕਰਦਾ, ਊਠਾਂ ਦੇ ਲੇਡੇ ਚੁੱਕਦਾ, ਮੱਝਾਂ ਦਾ ਗੋਹਾ ਕੂੜਾ ਵੀ ਕਰਦਾ, ਉਹ ਥੱਕਦਾ ਨਹੀਂ ਸੀ। ਸਰਦਾਰੋ ਦੀ ਹੋਣ ਦਾ ਅਹਿਸਾਸ ਉਹਦੇ ਲਈ ਇੱਕ ਨਸ਼ਾ ਸੀ। ਜਸਮੇਲ ਕੌਰ ਨੇ ਆਪਣੇ ਘਰ ਆਪ ਸਰਦਾਰੋ ਦਾ ਜਾਪਾ ਕਰਾਇਆ, ਉਹਨੇ ਮੁੰਡਾ ਜੰਮਿਆ ਸੀ, ਸਾਰੇ ਟੱਬਰ ਨੂੰ ਚਾਅ ਚੜ੍ਹ ਗਿਆ। 5 ਕਿਲੋ ਦੇਸੀ ਘੀ ਦੀ ਪੰਜੀਰੀ ਰਲਾਈ ਗਈ ਵਿੱਚ ਸਾਰੀਆਂ ਚੀਜ਼ਾਂ ਪਾ ਕੇ। ਪਹਿਲੇ ਦਿਨ ਮੈਂਗਲ ਮੁੰਡੇ ਦਾ ਮੂੰਹ ਦੇਖਣ ਤੋਂ ਸੰਗਦਾ ਸੀ, ਸਰਦਾਰੋ ਅਤੇ ਉਹ ਅੱਖਾਂ ਵਿੱਚ ਹੀ ਗੱਲਾਂ ਕਰਦੇ, ਉਹ 2-4 ਮਿੰਟਾਂ ਲਈ ਮੁੰਡੇ ਨੂੰ ਚੁੱਕ ਵੀ ਲੈਂਦਾ। ਸਾਲ ਭਰ ਦਾ ਮੁੰਡਾ ਹੋਇਆ ਤਦ ਹੀ ਸਰਦਾਰੋ ਬਾਹਰਲੇ ਘਰ ਜਾਣ ਲੱਗੀ, ਮੁੰਡੇ ਨੂੰ ਨਾਲ ਨਹੀਂ ਲੈ ਕੇ ਜਾਂਦੀ ਸੀ, ਕੁੜੀਆਂ ਜਾਂ ਛੋਟੇ ਮੁੰਡੇ ਉਹਨੂੰ ਸੰਭਾਲ ਲੈਂਦੇ। ਜਸਮੇਲ ਕੌਰ ਆਪ ਮੁੰਡੇ ਨੂੰ ਗੋਦੀ 'ਚ ਲੈ ਕੇ ਬੈਠ ਜਾਂਦੀ, ਉਹਦਾ ਟੱਟੀ ਪਿਸ਼ਾਬ ਉਹਨੂੰ ਬੁਰਾ ਨਹੀਂ ਲੱਗਦਾ ਸੀ। ਜਸਮੇਲ ਕੌਰ ਬੜੀ ਧਰਮਾਤਮਾ ਬਿਰਤੀ ਦੀ ਔਰਤ ਸੀ, ਉਹਦੇ ਵੱਲੋਂ ਸਰਦਾਰੋ ਨੂੰ ਮਾਂ ਜਿਹਾ ਪਿਆਰ ਮਿਲਦਾ। ਸਰਦਾਰੋ ਬਾਹਰਲੇ ਘਰ ਜਾ ਕੇ ਪਸ਼ੂਆਂ ਦਾ ਗੋਹਾ ਕੂੜਾ ਕਰਦੀ, ਸਾਰਾ ਘਰ ਸੁੰਬਰ ਦਿੰਦੀ, ਮੈਂਗਲ ਨਾਲ ਬੈਠ ਕੇ ਗੱਲਾਂ ਮਾਰਦੀ ਅਤੇ ਉਹ ਅੰਦਰਲੇ ਘਰ ਜਾਣ ਦੀ ਕਾਹਲੀ ਕਰਦੀ।
ਜਸਮੇਲ ਕੌਰ ਨੇ ਸਰਦਾਰੋ ਦੇ ਮੁੰਡੇ ਦਾ ਨਾਂ ਜਸਵੰਤ ਰੱਖਿਆ, ਜੱਸੀ ਕਹਿ ਕੇ ਬੁਲਾਉਂਦੇ ਸਭ। ਉਹ ਦਿਨੋਂ ਦਿਨ ਉਡਾਰ ਹੁੰਦਾ ਜਾ ਰਿਹਾ ਸੀ, ਦਿਨੋਂ ਦਿਨ ਸੰਭਲਦਾ ਜਾਂਦਾ। ਉਹਨੂੰ ਜਸਮੇਲ ਕੌਰ ਦੀ ਗੋਦੀ ਦਾ ਭੁੱਸ ਬਹੁਤ ਸੀ, ਸਰਦਾਰੋ ਦਾ ਤਾਂ ਬਸ ਦੁੱਧ ਚੁੰਘਦਾ ਸੀ। ਜਵਾਲਾ ਸਿੰਘ ਦਾ ਅੰਦਰਲਾ ਘਰ ਵੀ ਬਹੁਤ ਖੁੱਲ੍ਹਾ ਡੁੱਲਾ ਸੀ, ਕਿੰਨੇ ਹੀ ਕਮਰੇ ਅਤੇ ਸਬਾਤਾਂ ਸੀ। ਐਡਾ ਵੱਡਾ ਲੰਮਾ ਚੌੜਾ ਵਿਹੜਾ ਸੀ, ਵਿਹੜੇ 'ਚ ਨਿੰਮ ਅਤੇ ਟਾਹਲੀਆਂ ਸਨ। ਉਹਦੇ ਘਰ ਨਾਲ ਲੱਗਦੇ 5-7 ਮੁਸਲਮਾਨਾਂ ਦੇ ਜੋ ਘਰ ਸਨ, ਹੱਲਿਆਂ ਵੇਲੇ ਉਹ ਤਾਂ ਸਭ ਮਾਰੇ ਗਏ ਸੀ ਜਾਂ ਕੁਛ ਪਾਕਿਸਤਾਨ ਨੂੰ ਚਲੇ ਗਏ। ਉਹਨਾਂ ਘਰਾਂ ਉੱਤੇ ਜਵਾਲਾ ਸਿੰਘ ਨੇ ਕਬਜ਼ਾ ਕਰ ਲਿਆ, ਕੱਚੇ ਘਰ ਸੀ, ਢਾਹ ਕੇ ਬਗਲ ਮਾਰ ਲਿਆ। ਮੁਸਲਮਾਨਾਂ ਦੇ ਘਰਾਂ ਦੀ ਇੱਕ ਬੈਠਕ ਪੱਕੀ ਸੀ, ਇਹ ਨਹੀਂ ਢਾਈ ਸੀ, ਤੂੜੀ ਕੱਢ ਕੇ। ਇਹ ਬੈਠਕ ਵਿਹਲੀ ਹੋਈ ਤਾਂ ਜਸਮੀਲ ਕੌਰ ਨੇ ਉਸ ਵਿੱਚ ਸਰਦਾਰੋ ਦਾ ਡੇਰਾ ਲਾ ਦਿੱਤਾ, ਕੁੜੀਆਂ ਨੇ ਨਾਲ ਲੱਗ ਕੇ ਉਹਨੂੰ ਸੰਭਰ ਸੂਰ ਦਿੱਤਾ। ਹੁਣ ਸਰਦਾਰੋ ਇੱਥੇ ਹੀ ਪੈਂਦੀ ਬਹਿੰਦੀ, ਇਹ ਬੈਠਕ ਹੀ ਉਹਦਾ ਘਰ ਸੀ। ਦਿਨ ਵੇਲੇ ਮੈਂਗਲ ਕਦੇ ਉਹਦੇ ਕੋਲ ਬੈਠਕ 'ਚ ਆ ਜਾਂਦਾ, ਮੁੰਡਾ ਚੁੱਕ ਕੇ ਉਹ ਵੀ ਬਾਹਰਲੇ ਘਰ ਜਾਂਦੀ। ਮੈਂਗਲ ਨੂੰ ਉਹ ਬਹੁਤਾ ਕਰਕੇ ਬਾਹਰਲੇ ਘਰ ਹੀ ਮਿਲਦੀ। ਉਹ ਜੱਸੀ ਨਾਲ ਕਮਲੀਆਂ ਬੋਲੀਆਂ ਮਾਰਦੇ, ਉਹਦੇ ਮੂੰਹ 'ਚ ਪਾਗਲ ਬਣੇ ਰਹਿੰਦੇ। ਬੈਠਕ ਦੀਆਂ ਅਲਮਾਰੀਆਂ 'ਚ ਸਮਾਨ ਵਧਣ ਲੱਗਿਆ, ਟਰੰਕ ਆ ਗਏ, ਟਰੰਕਾਂ 'ਚ ਕੱਪੜੇ ਵਧਣ ਲੱਗੇ, ਦਰੀਆਂ, ਖੇਸ, ਸਰਾਣੇ, ਰਜਾਈਆਂ, ਗਦੈਲੇ ਆ ਗਏ। ਜਵਾਲਾ ਸਿੰਘ ਨੇ ਨਵੇਂ ਊਠ ਉੱਠਣੀਆਂ ਖਰੀਦਣੇ ਬੰਦ ਕਰਤੇ, ਖਰੀਦਦਾ ਤਾਂ ਕੋਈ ਨਵੀਂ ਮੱਝ ਹੀ ਖਰੀਦਦਾ, ਊਠ ਵੇਚਣ ਲੱਗੇ। ਜਿਹੜੇ 2-4 ਰਹਿ ਗਏ ਉਹ ਮੁਕਤਸਰ ਦੀ ਮੰਡੀ ਜਾ ਕੇ ਸਾਰੇ ਵੇਚ ਆਇਆ। ਇੱਕ ਤਰ੍ਹਾਂ ਨਾਲ ਊਠਾਂ ਦਾ ਵਪਾਰ ਉਹਨੇ ਛੱਡ ਹੀ ਦਿੱਤਾ, ਮੱਝਾਂ ਹੋਰ ਲੈ ਲਈ। ਜੱਟ ਕਿਸਾਨਾਂ ਦੇ ਘਰਾਂ 'ਚ ਟਰੈਕਟਰ ਆਉਣ ਲੱਗੇ ਸਨ, ਜ਼ਮੀਨ ਵਾਹੁਣ ਲਈ ਲੋਹੇ ਦੇ ਹਲ ਸਨ ਅਤੇ ਭਾਰ ਢੋਣ ਲਈ ਟਰਾਲੀਆਂ। ਲੇਹਲ ਖੁਰਦ ਵਿੱਚ ਹੀ 15 ਟਰੈਕਟਰ ਹੋ ਗਏ। ਘਰਾਂ 'ਚ ਬਲਦ ਤਾਂ ਸਨ ਪਰ ਊਠ ਕਿਸੇ ਘਰ ਰਹਿ ਹੀ ਨਹੀਂ ਗਿਆ ਸੀ। ਕਣਕ ਦੀ ਖੇਤੀ ਤਾਂ ਜ਼ੋਰ ਸ਼ੋਰ ਨਾਲ ਹੁੰਦੀ, ਕਪਾਹਾਂ ਮੱਕੀਆਂ ਘਟਣ ਲੱਗੀਆਂ, ਚਾਵਲ ਸ਼ੁਰੂ ਹੋ ਗਏ। ਚੌਲਾਂ ਨੂੰ ਜੀਰੀ ਆਖਦੇ, ਕਿਧਰੇ ਇਹਨੂੰ ਝੋਨਾ ਆਖਦੇ, ਕਿਧਰੇ ਧਾਨ। ਪਹਿਲੇ ਸਾਲਾਂ 'ਚ ਤਾਂ ਜੀਰੀ ਇੱਕ ਅਚੰਭਾ ਸੀ, ਫਿਰ ਜੀਰੀ ਦੀ ਖੇਤੀ ਵਧਣ ਲੱਗੀ। ਕਪਾਹਾਂ ਕਦੋਂ ਦੀਆਂ ਮੁੱਕ ਗਈਆਂ ਸੀ, ਕਪਾਹ ਦੀ ਥਾਂ ਨਰਮੇ ਨੇ ਲੈ ਲਈ। ਨਰਮਾ ਅਸਲ 'ਚ ਅਮਰੀਕਨ ਕਪਾਹ ਸੀ, ਫਿਰ ਨਰਮੇ ਦੀ ਬੋਲੀ ਨਹੀਂ ਲੱਗਦੀ ਸੀ, ਨਰਮੇ ਨੂੰ ਬਿਮਾਰੀਆਂ ਬਹੁਤ ਪੈਂਦੀਆਂ। ਜੀਰੀ ਦਾ ਰਿਵਾਜ ਬਹੁਤਾ ਪੈ ਗਿਆ, ਇੱਕ ਵਾਰ ਜ਼ਮੀਨ ਕੱਦੂ ਕਰਕੇ ਚੌਲਾਂ ਦੀ ਪੌਦ ਲਾ ਦਿਓ, ਮੁੜ ਕੇ ਪੱਕਣ ਤੱਕ ਬਸ ਪਾਣੀ ਲਾਉਂਦੇ ਜਾਓ। ਵੱਡੇ ਤੋਂ ਵੱਡਾ ਕੰਮ ਇਹ ਸੀ ਕਿ ਇੱਕ ਵਾਰੀ ਕੱਖ ਕੱਢ ਦਿਓ। ਲੋਕ ਹੱਸਦੇ, ਜੀਰੀ ਤਾਂ ਇਉਂ ਹੈ ਜਿਵੇਂ ਟੋਭੇ 'ਚ ਫਸਲ ਬੀਜਣੀ ਹੋਵੇ। ਕੋਈ ਆਖਦਾ ਜੀਰੀ ਦੇ ਬੂਟੇ ਮੱਛੀਆਂ ਨੇ, ਮੱਛੀਆਂ ਪਾਣੀ 'ਚੋਂ ਬਾਹਰ ਕੱਢੋ ਕੁਮਲਾ ਆ ਜਾਣਗੀਆਂ। ਲਹਿਰੇ ਗਾਗੇ ਦੀ ਮੰਡੀ ਮਿਲਕ ਪਲਾਂਟ ਦਾ ਸੈਂਟਰ ਖੁੱਲ੍ਹ ਗਿਆ ਸੀ, ਜਵਾਲਾ ਸਿੰਘ ਦਾ ਸਾਰਾ ਦੁੱਧ ਉੱਥੇ ਜਾਂਦਾ। ਮੱਝਾਂ ਲਈ ਮੈਂਗਲ ਇਕੱਲਾ ਬਹੁਤ ਸੀ, ਉਹੀ ਉਹਨਾਂ ਨੂੰ ਨਵਾਉਂਦਾ, ਉਹੀ ਉਹਨਾਂ ਦੀਆਂ ਧਾਰਾਂ ਕੱਢਦਾ, ਸਰਦਾਰੂ ਗੋਹਾ ਸਾਂਭਦੀ। 7ਵੇਂ 8ਵੇਂ ਦਿਨ ਕੱਕੇ ਰੇਤੇ ਦੀ ਟਰਾਲੀ ਆਉਂਦੀ ਅਤੇ ਮੱਝਾਂ ਥੱਲੇ ਗਦੈਲੇ ਵਿੱਚ ਜਾਂਦੇ। ਮੈਂਗਲ ਦਾ ਪੂਰਾ ਘਰ ਬੱਝਿਆ ਹੋਇਆ ਸੀ, ਕਿਸੇ ਚੀਜ਼ ਦੀ ਕਮੀ ਨਹੀਂ ਸੀ। ਜੱਸੀ 4-5 ਸਾਲ ਦਾ ਹੋ ਚੁੱਕਿਆ ਸੀ, ਜਵਾਲਾ ਸਿੰਘ ਦੇ ਟੱਬਰ ਵਿੱਚ ਹੀ ਉਹ ਜਵਾਕਾਂ ਨਾਲ ਖੇਡਦਾ ਰਹਿੰਦਾ। ਵਿਹੜੇ 'ਚ ਨਿੰਮਾਂ ਟਾਹਲੀਆਂ ਥੱਲੇ ਬੱਚੇ ਸਾਰਾ ਸਾਰਾ ਦਿਨ ਖੇਡਦੇ, ਉੱਚਾ ਉੱਚਾ ਬੋਲਦੇ, ਕਿਲਕਾਰੀਆਂ ਮਾਰਦੇ, ਕਦੇ ਲੜ ਪੈਂਦੇ। ਜੇ ਜੱਸੀ ਨੂੰ ਕੋਈ ਤੰਗ ਕਰਦਾ ਤਾਂ ਉਹ ਸਰਦਾਰੂ ਕੋਲ ਸ਼ਿਕਾਇਤ ਲਿਜਾਣ ਦੀ ਥਾਂ ਜਸਮੇਲ ਕੌਰ ਕੋਲ ਜਾਂਦਾ। ਉਹ ਅਗਲੇ ਨੂੰ ਝਿੜਕ ਦਿੰਦੀ, ਜੱਸੀ ਖੁਸ਼ ਹੋ ਜਾਂਦਾ ਅਤੇ ਪਹਿਲਾਂ ਵਾਂਗ ਹੀ ਖੇਡਣ ਲੱਗਦਾ। ਪਿੰਡ 'ਚ ਪ੍ਰਾਇਮਰੀ ਸਕੂਲ ਸੀ, ਧਰਮਸ਼ਾਲਾ 'ਚ 2 ਮਾਸਟਰ ਰਹਿੰਦੇ, ਧਰਮਸ਼ਾਲਾ ਹੀ ਉਹਨਾਂ ਦਾ ਸਕੂਲ ਸੀ। ਰੋਟੀ ਉਹ ਆਪ ਪਕਾ ਕੇ ਖਾਂਦੇ, ਦੁੱਧ ਲਈ ਮੁੰਡਿਆਂ ਦੇ ਘਰੀਂ ਗੜਵੀਆਂ ਬੰਨੀਆਂ ਹੋਈਆਂ ਸੀ, ਤੜਕੇ ਆਇਆ ਦੁੱਧ ਆਥਣ ਤੱਕ ਵਰਤਦੇ। ਜਵਾਲਾ ਸਿੰਘ ਦੀ ਇੱਕ ਪੋਤੀ ਅਤੇ 2 ਪੋਤੇ ਸਕੂਲ ਪੜ੍ਹਨ ਲਾਏ ਅਤੇ 4ਥਾ ਜਸਵੰਤ ਵੀ ਨਾਲ ਸੀ। ਜਸਮੇਲ ਕੌਰ ਆਪ 4 ਜਵਾਕਾਂ ਨੂੰ ਦਾਖਲ ਕਰਾ ਕੇ ਆਈ। ਭਾਦੋਂ ਦਾ ਮਹੀਨਾ ਸੀ, ਇੱਕ ਦਿਨ ਸਵੇਰੇ ਸਵੇਰੇ ਸਰਦਾਰੂ ਚਾਹ ਕਰਨ ਲਈ ਚਿੱਟੀਆਂ ਦੀ ਥੱਬੀ ਲੈਣ ਗਈ। ਵਿਹੜੇ ਦੇ ਇੱਕ ਖੂੰਜੇ 'ਚ ਨਰਮੇ ਦੀਆਂ ਚਿੱਟੀਆਂ ਦਾ ਢੇਰ ਲੱਗਿਆ ਸੀ, 2-3 ਸਾਲ ਪੁਰਾਣੀਆਂ ਚਿੱਟੀਆਂ ਸੀ। ਢੇਰ ਥੱਲੇ ਚੂਹਿਆਂ ਨੇ ਖੱਡਾਂ ਬਣਾ ਲਈਆਂ ਸੀ। ਸਰਦਾਰੂ ਨੇ ਚਿੱਟੀਆਂ ਨੂੰ ਹੱਥ ਪਾਇਆ ਹੀ ਸੀ, ਉਹਨੂੰ ਲੱਗਿਆ ਜਿਵੇਂ ਉਹਦੇ ਹੱਥ 'ਚ ਕੋਈ ਤਿੱਖੀ ਸੂਲ ਖੁੱਭ ਗਈ ਹੋਵੇ। ਉਹਨੇ ਉੱਚੀ ਦੇ ਕੇ ਚੀਕ ਮਾਰੀ, ਚਿੱਟੀਆਂ ਦੀ ਥੱਬੀ ਲਿਆ ਕੇ ਚੁੱਲ੍ਹੇ ਮੂਹਰੇ ਸੁੱਟੀ ਤਾਂ ਉਹਨੂੰ ਘਮੇਰ ਜੀ ਚੜ੍ਹਨ ਲੱਗੀ, ਪਰ ਉਹਨੇ ਕੋਈ ਉੱਤਾ ਨਹੀਂ ਕੀਤਾ। ਸੋਚਿਆ ਗਰਮੀ ਦੀ ਰੁੱਤ ਕਰਕੇ ਸਿਰ ਨੂੰ ਚੱਕਰ ਆਉਂਦੇ ਆ, ਪਰ ਘਮੇਰ ਤਾਂ ਵੱਧਦੀ ਜਾ ਰਹੀ ਸੀ। ਉਹਨੇ ਆਪਣਾ ਸੱਜਾ ਹੱਥ ਦੇਖਿਆ, ਸੁੱਜਿਆ ਪਿਆ ਸੀ, ਇੱਕ ਉਂਗਲ ਡੱਡ ਵਾਂਗ ਫੁੱਲਦੀ ਜਾ ਰਹੀ ਸੀ। ਚਾਹ ਦੀ ਪਤੀਲੀ ਚੁੱਲ੍ਹੇ 'ਤੇ ਹੀ ਉਬਲਦੀ ਛੱਡ ਕੇ ਉਹ ਜਸਮੇਲ ਕੌਰ ਵੱਲ ਜਾਣ ਲੱਗੀ ਤਾਂ ਉਹਨੂੰ ਆਪਣਾ ਹੱਥ ਦਿਖਾਵੇ, ਉਹਨੇ ਵਿਹੜਾ ਅੱਧਾ ਵੀ ਪਾਰ ਨਹੀਂ ਕੀਤਾ, ਉਹ ਡਿੱਗ ਪਈ ਜਿਵੇਂ ਕੋਈ ਭਾਰੀ ਲੱਕੜ ਡਿੱਗਦੀ ਹੋਵੇ। ਉਹਨੇ ਆਪਣਾ ਸੱਜਾ ਹੱਥ ਖੱਬੇ ਹੱਥ ਨਾਲ ਘੁੱਟਿਆ ਸੀ, ਤੀਵੀਆਂ ਨੇ ਉਹਦੀ ਦੰਦਲ ਭੰਨੀ, ਉਹਨੂੰ ਸਾਹ ਤਾਂ ਆਉਂਦਾ ਸੀ ਪਰ ਸੁਰਤ ਨਹੀਂ ਸੀ। ਅੱਧੇ 1.25 ਘੰਟੇ ਦੇ ਅੰਦਰ ਉਹ ਤੜਫਦੀ, ਲੱਤਾਂ ਬਾਹਾਂ ਮਾਰਦੀ, ਤੋੜ ਤੋੜ ਸੁੱਟਦੀ ਮੁੱਕ ਗਈ।
ਸੱਪ ਬਹੁਤ ਜ਼ਹਿਰੀਲਾ ਹੋਏਗਾ। ਅੰਗ 51। ਪੰਜਾਬ 'ਚ ਜੀਰੀ ਬੀਜਣ ਦਾ ਰੁਝਾਨ ਵਧਿਆ ਤਾਂ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਖੇਤ ਮਜ਼ਦੂਰ ਵੀ ਆਉਣ ਲੱਗੇ। ਉਹ ਸਾਲ 'ਚ ਦੋ ਵਾਰ ਬਹੁਤਾ ਆਉਂਦੇ, ਉੱਧਰ ਕਣਕ ਦੀ ਵਾਢੀ ਵੇਲੇ, ਉੱਧਰ ਜੀਰੀ ਦੀ ਬਿਜਾਈ ਵੇਲੇ। ਰੇਲ ਗੱਡੀਆਂ ਦੇ ਡੱਬੇ ਤੂੜੇ ਹੁੰਦੇ। ਪੰਜਾਬ ਦੀ ਖੇਤੀ ਦਾ ਕੰਮ ਭਈਆਂ ਉੱਤੇ ਨਿਰਭਰ ਰਹਿਣ ਲੱਗਿਆ। ਉਹ ਖੇਤੀ ਤੋਂ ਬਿਨਾਂ ਹੋਰ ਕੰਮ ਵੀ ਕਰਦੇ ਸੀ, ਮੁਰਗੀਖਾਨੇ ਦਾ ਕੰਮ, ਮੱਝਾਂ ਦਾ ਕੰਮ, ਸ਼ਹਿਰਾਂ 'ਚ ਰਿਕਸ਼ਾ ਚਲਾਉਂਦੇ। ਮੈਂਗਲ ਇਕੱਲੇ ਤੋਂ ਮੱਝਾਂ ਦਾ ਸਾਰਾ ਕੰਮ ਹੁੰਦਾ ਨਹੀਂ ਸੀ, ਬਹੁਤ ਕੰਮ ਸੀ। ਉਹਦੇ 'ਚੋਂ ਪੁਰਾਣੀ ਹਿੰਮਤ ਨਹੀਂ ਰਹਿ ਗਈ ਸੀ। ਸਰਦਾਰੋ ਜਿਵੇਂ ਉਹਦੇ ਸਾਹ ਕੱਢ ਕੇ ਲੈ ਗਈ ਹੋਵੇ। ਉਹਦਾ ਕੋਈ ਸੰਸਾਰ ਨਹੀਂ ਰਹਿ ਗਿਆ ਸੀ। ਜੱਸੀ ਨੂੰ ਦੇਖ ਦੇਖ ਸਗੋਂ ਬਹੁਤ ਦੁਖੀ ਹੁੰਦਾ। ਜੱਸੀ ਅੰਦਰਲੇ ਘਰ ਹੀ ਰਹਿੰਦਾ, ਸਕੂਲ ਜਾਂਦਾ, ਪਰਿਵਾਰ ਦੇ ਛੋਟੇ ਮੁੰਡੇ ਕੁੜੀਆਂ 'ਚ ਉਹਦਾ ਦਿਲ ਪਰਚਿਆ ਰਹਿੰਦਾ। ਜਦੋਂ ਵੀ ਮੈਂਗਲ ਅੰਦਰਲੇ ਘਰ ਜਾਂਦਾ, ਜੱਸੀ ਭੱਜ ਕੇ ਉਹਦੀਆਂ ਲੱਤਾਂ ਨੂੰ ਆ ਚਿੰਬੜਦਾ। ਮੈਂਗਲ ਉਹਨੂੰ ਡੋਲਿਆਂ ਤੋਂ ਫੜ ਕੇ ਉਤਾਂਹ ਚੁੱਕਦਾ ਅਤੇ ਹਿੱਕ ਨਾਲ ਘੁੱਟ ਲੈਂਦਾ। ਉਹਦੇ ਕਾਲਜੀ ਠੰਡ ਪੈਂਦੀ ਲੱਗਦਾ ਜਿਵੇਂ ਸਰਦਾਰੂ ਆਪ ਉਹਦੇ ਪਿੰਡੇ ਨਾਲ ਚਿੰਬੜੀ ਚਿਚੜੀ ਵਾਂਗ ਚਿੰਬੜੀ ਪਈ ਹੋਵੇ। ਜਵਾਲਾ ਸਿੰਘ ਨੇ ਇੱਕ ਭਈਆ ਨੌਕਰ ਰੱਖ ਲਿਆ, ਉਹ ਬਿਹਾਰੀ ਭਈਆ ਸੀ। ਉਹਦੀ ਮਹੀਨਾਵਾਰ ਤਨਖਾਹ ਸੀ ਅਤੇ ਨਾਲ ਰੋਟੀ ਚਾਹ ਵੀ। ਮੱਝਾਂ ਦਾ ਗੋਹਾ ਇਕੱਠਾ ਕਰਨਾ, ਉਹਨਾਂ ਨੂੰ ਨਹਾਉਣ ਦਾ ਕੰਮ ਭਈਆ ਲਾਲੂ ਪ੍ਰਸ਼ਾਦ ਕਰਦਾ। ਉਹ ਰਾਤ ਨੂੰ ਬਾਹਰਲੇ ਘਰ ਪੈਂਦਾ ਵੀ। ਮੈਂਗਲ ਅਤੇ ਲਾਲੂ ਵਿਹਲੇ ਵੇਲੇ ਬੈਠ ਕੇ ਫਜ਼ੂਲ ਜੀਆਂ ਗੱਲਾਂ ਕਰਦੇ। ਦਿਨ ਵੇਲੇ ਜਦੋਂ ਮੱਝਾਂ ਦਾ ਕੰਮ ਕੋਈ ਨਾ ਹੁੰਦਾ ਤਾਂ ਲਾਲੂ ਪ੍ਰਸ਼ਾਦ ਨਹਾ ਧੋ ਕੇ ਨਵੇਂ ਧੋਤੇ ਕੱਪੜੇ ਪਾਉਂਦਾ, ਸਿਰ ਦੇ ਵਾਲਾਂ ਨੂੰ ਖੁਸ਼ਬੂਦਾਰ ਤੇਲ ਨਾਲ ਚੋਪੜ ਕੇ ਕੰਘੀ ਕਰਦਾ, ਫਿਰ ਟੌਰ ਕੱਢ ਕੇ ਸਾਈਕਲ ਉੱਤੇ ਲਹਿਰੇ ਗਾਗੇ ਦੀ ਮੰਡੀ ਜਾਂਦਾ। ਉੱਥੇ ਫਜ਼ੂਲ ਦੇ ਮੂੰਹ ਦੀਆਂ ਸੀਟੀਆਂ ਮਾਰਦਾ ਫਿਰਦਾ। ਕਿਸੇ ਦੁਕਾਨ ਤੋਂ ਚਾਹ ਦਾ ਕੱਪ ਪੀਂਦਾ, ਨਮਕੀਨ ਮੱਠੀ ਖਾਂਦਾ। ਲਹਿਰੇ ਗਾਗੇ ਦੇ ਰੇਲਵੇ ਸਟੇਸ਼ਨ ਤੋਂ ਪਾਰ ਇੱਕ ਟੁੱਟਿਆ ਜਿਹਾ ਸਿਨੇਮਾ ਸੀ, ਨਵੀਂ ਫਿਲਮ ਲੱਗਦੀ ਤਾਂ ਉਹ ਜ਼ਰੂਰ ਦੇਖਦਾ। ਮੈਂਗਲ ਸਿਰਫ ਧਾਰਾਂ ਕੱਢਦਾ, ਦੁੱਧ ਮਿਣ ਕੇ ਦਿੰਦਾ। ਢੋਲਾਂ ਵਾਲਾ ਆਪ ਵੀ ਦੁੱਧ ਮਿਣ ਲੈਂਦਾ ਸੀ। ਜਵਾਲਾ ਸਿੰਘ ਹੁਣ ਆਪ ਨਹੀਂ ਆਉਂਦਾ ਸੀ, ਉਹਨੂੰ ਮੈਂਗਲ ਉੱਤੇ ਪੂਰਾ ਇਤਬਾਰ ਸੀ, ਉਹ ਹੁਣ ਉਹਨਾਂ ਦੇ ਘਰ ਦਾ ਬੰਦਾ ਸੀ। ਮੈਂਗਲ ਕੰਮ ਧੰਦਿਆਂ 'ਚ ਲੱਗਿਆ ਰਹਿੰਦਾ, ਇੰਜ ਉਹਨੂੰ ਸਰਦਾਰੋਂ ਭੁੱਲੀ ਰਹਿੰਦੀ, ਪਰ ਕਦੇ ਕਦੇ ਉਹਦੀਆਂ ਯਾਦਾਂ ਇੰਨਾ ਸਤਾਉਣ ਲੱਗਦੀਆਂ, ਉਹ ਸੋਚਾਂ 'ਚ ਇੰਨਾ ਗੁੰਮ ਹੋ ਜਾਂਦਾ ਕਿ ਹੱਥਲਾ ਕੰਮ ਭੁੱਲ ਜਾਂਦਾ। ਉਹਨੇ ਧਾਰ ਕੱਢਣ ਲਈ ਬਾਲਟੀ ਚੁੱਕਣੀ ਹੁੰਦੀ ਪਰ ਬੱਠਲ ਚੁੱਕ ਲਿਆਂਦਾ। ਬਾਲਟੀ ਲੈ ਕੇ ਮੱਝ ਦੇ ਸਿੰਗਾਂ ਵੱਲ ਜਾ ਖੜਦਾ। ਉਹਨੂੰ ਆਪਣੀ ਭੁੱਲ ਦਾ ਪਤਾ ਲੱਗਦਾ ਤਾਂ ਹੋਰ ਦੁਖੀ ਹੁੰਦਾ, ਉਹਦੇ ਮੂੰਹ ਡੂੰਘੇ ਸਾਹ ਨਿਕਲਦੇ ਰਹਿੰਦੇ। ਰਾਤ ਵੇਲੇ ਉਹਦੀ ਭੜਕਦੇ ਕਿ ਅੱਖ ਖੁੱਲ੍ਹ ਜਾਂਦੀ ਅਤੇ ਮੁੜ ਕੇ ਨੀਂਦ ਨਹੀਂ ਆਉਂਦੀ ਸੀ। ਉੱਖੜੀ ਉੱਖੜੀ ਨੀਂਦ 'ਚ ਉਹਨੂੰ ਸਰਦਾਰੋ ਦੇ ਸੁਪਨੇ ਆਉਂਦੇ, ਉਹਦੇ ਨਾਲ ਗੱਲਾਂ ਕਰਦੀ ਜਿਵੇਂ ਸੱਚੀ ਮੁੱਚੀ ਸਾਹਮਣੇ ਬੈਠੀ ਹੋਵੇ। ਉਹਨੂੰ ਹੱਥ ਲਾਉਣ ਲੱਗਦਾ ਤਾਂ ਉਹਦੀ ਨੀਂਦ ਖੁੱਲ੍ਹ ਜਾਂਦੀ, ਸਰਦਾਰੋ ਕਿਧਰੇ ਵੀ ਨਹੀਂ ਹੁੰਦੀ ਸੀ। ਜਵਾਲਾ ਸਿੰਘ ਜਦੋਂ ਮਹੀਨੇ ਪਿੱਛੋਂ ਮੈਂਗਲ ਨੂੰ ਨੌਕਰੀ ਦੇ ਪੈਸੇ ਦੇਣ ਲੱਗਦਾ ਤਾਂ ਮੈਂਗਲ ਨੂੰ ਇਹ ਪੈਸੇ ਵਾਧੂ ਜਿਹੇ ਲੱਗਦੇ। ਕੀ ਕਰਨੇ ਹੁੰਦੇ ਨੇ ਉਹਨੇ ਇਹ ਰੁਪਈਏ? ਪਹਿਲਾਂ ਵੀ ਉਹਨੇ ਉਹਦੇ ਕੋਲ ਰੁਪਏ ਜਮ੍ਹਾਂ ਸੀ, ਉਹਦੇ ਕੋਲੋਂ ਤਾਂ ਇਹ ਰੁਪਏ ਖਰਚ ਹੀ ਨਹੀਂ ਹੁੰਦੇ ਸੀ ਕਿਸੇ ਪਾਸੇ। ਸਰਦਾਰੋ ਹੁੰਦੀ ਸੀ ਤਾਂ ਸਾਰੀ ਨੌਕਰੀ ਦੋ ਚਾਰ ਦਿਨਾਂ 'ਚ ਹੀ ਕਿਧਰੇ ਦੀ ਕਿਧਰੇ ਉੱਡ ਜਾਂਦੀ। ਜੱਸੀ ਦਾ ਹੁਣ ਕੋਈ ਖਰਚ ਨਹੀਂ ਸੀ, ਉਹਨੇ ਤਾਂ 2 ਰੁਪਏ ਵੀ ਕਦੇ ਜੱਸੀ 'ਤੇ ਖਰਚ ਨਹੀਂ ਕੀਤੇ। ਜਵਾਲਾ ਸਿੰਘ ਦਾ ਪਰਿਵਾਰ ਹੀ ਜੱਸੀ ਦਾ ਸਭ ਕਰਦਾ। ਮੈਂਗਲ ਨੂੰ 6 ਮਹੀਨਿਆਂ ਬਾਅਦ ਤੇੜ ਸਿਰ 'ਤੇ ਨਵੇਂ ਕੱਪੜੇ ਮਿਲ ਜਾਂਦੇ। ਰੋਟੀ ਚਾਹ ਜਵਾਲਾ ਸਿੰਘ ਦੇ ਘਰੋਂ ਸੀ, ਦੁੱਧ ਜਿੰਨਾ ਮਰਜ਼ੀ ਪੀਵੇ, ਹੋਰ ਉਹਨੇ ਕੀ ਲੈਣਾ ਸੀ। ਉਹ ਕਦੇ ਇੱਕ ਦਿਨ ਵੀ ਲਾਲੂ ਪ੍ਰਸ਼ਾਦ ਵਾਂਗ ਲਹਿਰੇ ਗਾਗੇ ਨਹੀਂ ਗਿਆ ਸੀ। ਅਗਲੇ ਮਹੀਨੇ ਜਦੋਂ ਜਵਾਲਾ ਸਿੰਘ ਉਹਨੂੰ ਨੌਕਰੀ ਦੇਣ ਲੱਗਿਆ ਤਾਂ ਉਹਨੇ ਇਨਕਾਰ ਕਰਤਾ, ਸਗੋਂ ਆਪਣੀ ਜੈਕਟ ਦੀ ਅੰਦਰਲੀ ਜੇਬ 'ਚੋਂ ਨੋਟਾਂ ਦੀ ਥਹੀ ਕੱਢ ਕੇ ਜਵਾਲਾ ਸਿੰਘ ਨੂੰ ਫੜਾ ਦਿੱਤੀ। ਆਖਿਆ, ਚਾਚਾ ਇਹ ਵੀ ਹੁਣ ਤੂੰ ਰੱਖ, ਮੈਨੂੰ ਸਾਂਭਣੇ ਔਖੇ ਨੇ, ਕਦੇ ਇਕੱਠੇ ਹੀ ਲੈ ਲਾਂਗੇ, ਪੈਸੇ ਮੈਂ ਕੀ ਕਰ ਲਈਆਂ। ਜਵਾਲਾ ਸਿੰਘ ਨੇ ਦੇਖਿਆ ਮੈਂਗਲ ਅੱਖਾਂ ਭਰੀ ਖੜਾ ਸੀ, ਉਹ ਮੈਂਗਲ ਦੇ ਅੰਦਰਲੇ ਦੁੱਖ ਨੂੰ ਸਭ ਸਮਝਦਾ ਸੀ। ਫਿਰ ਪਤਾ ਨਹੀਂ ਉਹਨੇ ਪਲਾਂ 'ਚ ਇਹਨਾਂ 'ਚ ਕੀ ਫੈਸਲਾ ਕਰ ਲਿਆ। ਰੁਪਈਆਂ ਦੀ ਥਹੀ ਮੈਂਗਲ ਹੱਥੋਂ ਫੜ ਲਈ, ਮੈਂਗਲ ਦਾ ਮੋਢਾ ਫੜ ਕੇ ਉਹਨੂੰ ਹੌਸਲਾ ਦਿੱਤਾ, ਕਿਹਾ, ਰੇ ਮੈਂਗਲ, ਹਮੇ ਤੇਰੇ ਸਾਰੇ ਹੈਗੇ ਆ, ਤੋ ਦਿਲ ਰੱਖ ਮੇਰੇ ਯਾਰ, ਆਪਣਾ ਘਰ ਸਮਝ ਕੇ ਰਹੋ, ਇਹ ਹੈ ਇਹ ਤੇਰਾ ਹੀ ਘਰ ਹੈ। ਜੱਸੀ 5ਵੀਂ 'ਚ ਪੜ੍ਹਦਾ ਸੀ, ਹੱਥ ਨੇ ਧਾਰਾਂ ਕੱਢਣ ਵੇਲੇ ਘਰ ਦੇ ਜਵਾਕ ਬਾਹਰਲੇ ਘਰ ਆ ਜਾਂਦੇ। ਮੈਂਗਲ ਸਭ ਨੂੰ ਕੱਚਾ ਦੁੱਧ ਪਿਆਉਂਦਾ, ਜੱਸੀ ਵੀ ਪੀਂਦਾ, ਬਾਕੀ ਬੱਚੇ ਅੱਧਾ ਅੱਧਾ ਗਲਾਸ ਮਸਾਂ ਪੀਂਦੇ। ਜੱਸੀ ਨੂੰ ਆ ਖਾ ਕੇ ਭਰਿਆ ਗਲਾਸ ਪਿਆ ਦਿੰਦਾ। ਉਤਲੇ ਬੁੱਲ ਉੱਤੇ ਲੱਗੀ ਝੱਗ ਨੂੰ ਦਿਖਾ ਦਿਖਾ ਬੱਚੇ ਹੱਸਦੇ, ਦੇਖ ਮੇਰੀਆਂ ਮੁੱਛਾਂ। ਜੱਸੀ ਵੀ ਮੈਂਗਲ ਨੂੰ ਆਪਣੀਆਂ ਮੁੱਛਾਂ ਦਿਖਾਉਂਦਾ। ਮੈਂਗਲ ਉਹਦੀਆਂ ਮੁੱਛਾਂ ਦੇਖ ਕੇ ਖੁਸ਼ ਹੁੰਦਾ ਕਿ ਵੱਡਾ ਹੋ ਜਾਏਗਾ ਅਤੇ ਇਹਦੇ ਸੱਚੀ ਮੁੱਚੀ ਮੁੱਛਾਂ ਆ ਜਾਣਗੀਆਂ। ਉਹ ਇਹਦਾ ਵਿਆਹ ਕਰੇਗਾ, ਘਰ 'ਚ ਨੂੰਹ ਆਏਗੀ, ਨੂੰਹ ਦੀ ਸੇਵਾ ਕਰੇਗੀ, ਉਹਨੂੰ ਸਰਦਾਰੋ ਭੁੱਲ ਜਾਏਗੀ। ਜੱਸੀ ਦੇ ਵਾਲਾਂ ਦਾ ਜੂੜਾ ਕੀਤਾ ਹੁੰਦਾ, ਉਹ ਪੱਗ ਬੰਨਦਾ ਸੀ। ਜਸਮੇਲ ਕੌਰ ਨੇ ਉਹਦੇ ਵਾਲ ਵੱਡੇ ਕੀਤੇ ਸੀ।
ਉਹੀ ਉਹਨੂੰ ਨਵਾਉਂਦੀ ਤੇ ਵਾਲ ਸੁਕਾ ਕੇ ਸਰੋਂ ਦਾ ਤੇਲ ਚੱਸ ਕੇ ਜੂੜਾ ਕਰ ਦਿੰਦੀ। ਫਿਰ ਉਹਨੂੰ ਪੱਗ ਬੰਨਣੀ ਸਿਖਾਈ ਗਈ। ਘਰ ਦੇ ਦੂਜੇ ਮੁੰਡਿਆਂ ਨੇ ਉਹਨੂੰ ਪੱਗ ਬੰਨਣ ਲਾ ਦਿੱਤਾ ਸੀ। ਫਿਰ ਤਾਂ ਉਹ ਜਦੋਂ ਥੋੜ੍ਹਾ ਹੋਰ ਉਡਾਰ ਹੋ ਗਿਆ, ਆਪੇ ਹੀ ਕੇਸ ਵਾਹ ਲੈਂਦਾ, ਆਪੇ ਜੂੜਾ ਕਰ ਲੈਂਦਾ ਤੇ ਆਪੇ ਹੀ ਪੱਗ ਬੰਨ ਲੈਂਦਾ। ਪੋਣੀ ਕਰਵਾ ਕੇ ਬੰਨਦਾ, ਟੂਟੀਦਾਰ ਪੱਗ, ਬਹੁਤ ਸੋਹਣਾ ਲੱਗਦਾ। ਠੁਮਕ ਠੁਮਕ ਤੁਰਦਾ ਉਹ ਮੈਂਗਲ ਦੇ ਆਪਣੇ ਸਰੀਰ 'ਚ ਤਰੰਗਾਂ ਛੇੜ ਜਾਂਦਾ। ਉਹਦਾ ਚਿਹਰਾ ਇੰਨ ਬਿੰਨ ਸਰਦਾਰੋ ਦਾ ਚਿਹਰਾ ਸੀ, ਉਹੀ ਨੱਕ, ਉਹੀ ਅੱਖਾਂ। ਕਦੇ ਕਦੇ ਉਹ ਬਾਹਰਲੇ ਘਰ ਆਉਂਦਾ, ਦੂਜੇ ਜਵਾਕ ਵੀ ਨਾਲ ਹੁੰਦੇ, ਖੇਡਦੇ ਖੇਡਦੇ ਉਹਦੀ ਪੱਗ ਢਿਲਕ ਜਾਂਦੀ। ਉਹ ਬਾਪੂ ਨੂੰ ਆਖਦਾ ਕਿ ਉਹਦੀ ਪੱਗ ਬੰਨ ਦੇਵੇ। ਮੈਂਗਲ ਉਹਦੀ ਪੱਗ ਬੰਨ ਦਿੰਦਾ, ਪਰ ਮੈਂਗਲ ਦੀ ਬੰਨੀ ਪੱਗ ਉਹਨੂੰ ਠੀਕ ਨਾ ਲੱਗਦੀ। ਮੈਂਗਲ ਤਾਂ ਐਵੇਂ ਰੱਸੇ ਵਾਂਗ ਲੜਾਂ ਨੂੰ ਵਲੇਟ ਦਿੰਦਾ ਸੀ, ਇੱਕ ਵੀ ਪੇਚ ਸਹੀ ਨਾ ਹੁੰਦਾ। ਪਾੜੇ ਮੁੰਡਿਆਂ ਦੀ ਪੱਗ ਦਾ ਢੰਗ ਕੁਝ ਹੋਰ ਹੁੰਦਾ। ਮੈਂਗਲ ਦੀ ਬੰਨੀ ਪੱਗ ਨੂੰ ਦੇਖ ਕੇ ਦੂਜੇ ਜਵਾਕ ਹੱਸਣ ਲੱਗਦੇ ਤੇ ਫਿਰ ਜੱਸੀ ਪੱਗ ਢਾਹ ਕੇ ਆਪ ਬੰਨਦਾ। ਇੱਕ ਦਿਨ ਉਹਦਾ ਜੂੜਾ ਵੀ ਖੁੱਲ੍ਹ ਗਿਆ। ਲੱਕੜ ਦਾ ਕੰਘਾ ਜੱਸੀ ਸਿਰ 'ਚ ਹੀ ਰੱਖਦਾ ਸੀ, ਜੂੜੇ ਦੁਆਲੇ ਲਪੇਟਿਆ ਕਾਲਾ ਧਾਗਾ। ਇਸ ਧਾਗੇ ਨਾਲ ਹੀ ਲੱਕੜ ਦਾ ਕੰਘਾ ਬੰਨਿਆ ਹੁੰਦਾ। ਇੰਝ ਵਾਲਾਂ ਦਾ ਜੂੜਾ ਕਰਕੇ ਤੇ ਫਿਰ ਕੰਘਾ ਜੂੜੇ 'ਚ ਹੀ ਟੰਗ ਕੇ ਉੱਤੋਂ ਦੀ ਧਾਗਾ ਵਲੇਟਣਾ ਉਹਨੂੰ ਬੇਬੇ ਜਸਮੀਲ ਕੌਰ ਨੇ ਸਿਖਾਇਆ ਸੀ। ਮੈਂਗਲ ਨੇ ਜੱਸੀ ਨੂੰ ਫੜ ਲਿਆ ਤੇ ਕਿਹਾ, ਲਿਆ ਮੈਂ ਵਾਹਾਂ ਤੇਰੇ ਵਾਲ ਤੇ ਜੂੜਾ ਕਰ ਦਿਆਂ। ਉਹਨੇ ਜੱਸੀ ਦੇ ਵਾਲ ਵਾਹੇ ਤੇ ਫਿਰ ਜੂੜਾ ਕਰਨ ਦੀ ਥਾਂ ਵਾਲ ਪਿੱਛੇ ਨੂੰ ਵਾਹਤੇ, ਜਿਵੇਂ ਤੀਵੀਆਂ ਵਾਹੁੰਦੀਆਂ ਆਪਣੇ ਵਾਲ, ਤੇ ਗੁੱਤ ਕਰਦੀ ਜਵਾਕ ਹੱਸਣ ਲੱਗਿਆ, ਹਾ ਜੀ ਜੱਸੀ ਕੁੜੀ ਬਣ ਗਿਆ। ਮੈਂਗਲ ਦੇ ਦਿਲ ਉੱਤੇ ਜੋ ਬੀਤੀ ਉਹ ਉਹੀ ਜਾਣਦਾ ਸੀ। ਉਹ ਲਗਾਤਾਰ ਜੱਸੀ ਦੇ ਚਿਹਰੇ ਵੱਲ ਤੱਕੀ ਜਾ ਰਿਹਾ ਸੀ, ਉਹਦੀਆਂ ਅੱਖਾਂ 'ਚ ਪਾਣੀ ਆ ਗਿਆ। ਉਹ ਲੰਮੇ ਸਾਹ ਲੈਣ ਲੱਗਿਆ ਤੇ ਫਿਰ ਮੂੰਹ ਇੰਨਾ ਹੀ ਬੋਲਿਆ, ਹੇ ਵਾਹਿਗੁਰੂ। ਜਵਾਕਾਂ ਨੇ ਜੱਸੀ ਦੀ ਗੁੱਤ ਖੋਲ੍ਹ ਦਿੱਤੀ, ਵਾਲ ਖਿੰਡਾ ਦਿੱਤੇ। ਫਿਰ ਜੱਸੀ ਨੇ ਖੜਾ ਹੋ ਕੇ ਆਪ ਵਾਲ ਵਾਹੇ, ਆਪ ਜੂੜਾ ਕੀਤਾ, ਆਪ ਪੱਗ ਬੰਨੀ। ਮੈਂਗਲ ਪਰਾਂ ਮੱਝਾਂ ਵੱਲ ਤੁਰ ਗਿਆ ਸੀ। ਅੰਦਰਲੇ ਘਰ ਮੁਸਲਮਾਨਾਂ ਵਾਲੀ ਬੈਠਕ 'ਚ ਮੈਂਗਲ ਦਾ ਸਿਰਫ ਸਮਾਨ ਪਿਆ ਸੀ। ਬੈਠਕ ਨੂੰ ਜਿੰਦਾ ਲੱਗਿਆ ਰਹਿੰਦਾ। ਮੈਂਗਲ ਜਦੋਂ ਕਦੇ ਅੰਦਰਲੇ ਘਰ ਜਾਂਦਾ ਤਾਂ ਬੈਠਕ ਖੋਲ੍ਹ ਕੇ ਜ਼ਰੂਰ ਦੇਖਦਾ, ਦੋ ਪਲ ਅੰਦਰ ਕਿਤੇ ਬੈਠ ਵੀ ਜਾਂਦਾ। ਬੈਠੇ ਬੈਠੇ ਉਹਦਾ ਦਿਮਾਗ ਸੁੰਨ ਹੋ ਜਾਂਦਾ। ਕਾਹਦੀ ਖਾਤਰ ਛੱਡਿਆ ਆਪਣਾ ਪਿੰਡ, ਕਾਹਦੀ ਖਾਤਰ ਕੀਤੀਆਂ ਸਾਰੀਆਂ ਗੱਲਾਂ, ਕਾਹਦੀ ਖਾਤਰ ਬੈਠਿਆਂ ਹੁਣ ਇੱਥੇ ਸੀਰੀਆਂ ਸਾਂਝੀਆਂ ਵਾਂਗ ਕੰਮ ਕਰਦੇ। ਜੇ ਸਰਦਾਰੋ ਨੇ ਇਸ ਸੰਸਾਰ 'ਚ ਰਹਿਣਾ ਹੀ ਨਹੀਂ ਸੀ। ਸਰਦਾਰੋ ਉਹਦੀ ਜ਼ਿੰਦਗੀ 'ਚ ਇੱਕ ਝਲਕਾਰੇ ਵਾਂਗ ਆਈ, ਬਸ ਤੇ ਚਲੀ ਗਈ। ਬੈਠਕ ਦਾ ਸਮਾਨ ਵੀ ਜਿਵੇਂ ਉਦਾਸ ਹੋਵੇ, ਬੈਠਕ ਦਾ ਸਮਾਨ ਜਿਵੇਂ ਸਰਦਾਰੋ ਨੂੰ ਉਡੀਕਦਾ ਹੋਵੇ, ਬੈਠਕ ਦਾ ਸਮਾਨ ਵੀ ਜਿਵੇਂ ਮਰ ਮੁੱਕ ਗਿਆ ਹੋਵੇ। ਉਹ ਕਿਸੇ ਵੀ ਚੀਜ਼ ਵੱਲ ਗੌਰ ਨਾਲ ਝਾਕਦਾ, ਹਰ ਚੀਜ਼ ਹੌਕੇ ਲੈ ਰਹੀ ਹੁੰਦੀ। ਸਰਦਾਰੋ ਆਖਦੀ ਹੁੰਦੀ, ਹੁਣ ਤਾਂ ਬਹੁਤ ਸਾਲ ਬੀਤ ਗਏ, ਹੁਣ ਆਪਾਂ ਥੰਮਣ ਵਾਲੇ ਨੂੰ ਚੱਲੀਏ, ਉੱਥੇ ਰਹਾਂਗੇ ਆਪਣੇ ਪਿੰਡ, ਕੋਈ ਕਾਰੋਬਾਰ ਕਰ ਲਾਂਗੇ। ਥੰਮਣ ਵਾਲੇ ਕਿਵੇਂ ਵਗ ਜਾਈਏ, ਦੁੱਲਾ ਬੈਠਾ ਹੋਣਾ, ਹੁਣ ਤਾਂ ਹੀ ਕਿੱਥੇ ਹੋਊਗਾ, ਉਹ ਮਰ ਮੁੱਕ ਗਿਆ ਹੋਣਾ, ਪਹਿਲਾਂ ਪਤਾ ਲੈ ਲੈ ਕਿਵੇਂ ਨਾ ਕਿਵੇਂ ਉਹਦਾ। ਅਤੇ ਹੁਣ ਕਦੇ ਕਦੇ ਉਹ ਆਪ ਹੀ ਸੋਚਦਾ, ਥੰਮਣ ਵਾਲੇ ਨੂੰ ਵਗ ਜਾਵੇ, ਆਪਣਾ ਪਿੰਡ ਹੈ ਫਿਰ ਵੀ, ਬਗਾਨਾ ਪਿੰਡ ਬਗਾਨਾ ਹੁੰਦਾ, ਇੱਥੇ ਉਹਦਾ ਭਾਈਚਾਰਾ ਨਹੀਂ। ਜੱਸੀ ਤਕੜਾ ਹੋ ਗਿਆ ਹੈ, ਉਹ ਦੋਵੇਂ ਕੰਮ ਕਰਨਗੇ ਤਾਂ ਖਾਣਗੇ, ਦੁੱਲਾ ਹੁਣ ਕੀ ਕਰੇਗਾ, ਸਰਦਾਰੋ ਤਾਂ ਰਹੀ ਨਹੀਂ। ਇੱਕ ਦਿਨ ਉਹ ਲਹਿਰੇ ਗਾਗੇ ਗਿਆ, ਉਹ ਮਸਾਂ ਹੀ ਕਦੇ ਮੰਡੀ ਜਾਂਦਾ ਸੀ, ਕੋਈ ਲੋੜ ਹੀ ਨਹੀਂ ਸੀ, ਸਭ ਉਹਨੂੰ ਪਿੰਡ ਬੈਠੇ ਨੂੰ ਮਿਲ ਜਾਂਦਾ। ਉਸ ਦਿਨ ਉਹ ਕਿਸੇ ਡਾਕਟਰ ਕੋਲ ਗਿਆ ਸੀ, ਉਹਦਾ ਸਿਰ ਦੁਖਦਾ ਰਹਿੰਦਾ ਅਤੇ ਭੁੱਖ ਘੱਟ ਲੱਗਦੀ, ਕਦੇ ਕਦੇ ਘੁਮੀਰਾਂ ਜਿਹੀਆਂ ਆਉਣ ਲੱਗਦੀਆਂ, ਲੱਤਾਂ ਫੁੱਲੀਆਂ ਰਹਿੰਦੀਆਂ। ਡਾਕਟਰ ਤੋਂ ਦਵਾਈ ਲੈ ਕੇ ਉਹ ਰੇਲਵੇ ਸਟੇਸ਼ਨ ਉੱਤੇ ਜਾ ਬੈਠਾ। ਪਲੇਟਫਾਰਮ ਉੱਤੇ ਖਾਸੀ ਭੇਟ ਸੀ, ਕੋਈ ਗੱਡੀ ਆਉਣ ਵਾਲੀ ਸੀ। ਉਹਨੇ ਸੋਚਿਆ, ਚੱਲ ਹੁਣ ਗੱਡੀ ਦੇਖ ਕੇ ਜਾਵਾਂਗੇ। ਕਮਾਲ ਹੋ ਗਈ, ਇੱਕ ਬੰਦੇ ਨੇ ਉਹਦਾ ਮੋਢਾ ਆ ਫੜਿਆ। ਉਹਨੇ ਸਿਆਣੇ ਆਏ ਤਾਂ ਉਹਨਾਂ ਦੇ ਪਿੰਡ ਦਾ ਤਰਸੇਮ ਬਾਣੀਆਂ, ਉਹ ਜੱਫੀ ਪਾ ਕੇ ਮਿਲੇ ਅਤੇ ਫਿਰ ਉਸੇ ਬੈਂਚ 'ਤੇ ਬੈਠ ਕੇ ਗੱਲਾਂ ਕਰਨ ਲੱਗੇ। ਮੈਂਗਲ ਉਹ ਤੋਂ ਪਿੰਡ ਦੀਆਂ ਗੱਲਾਂ ਪੁੱਛ ਰਿਹਾ ਸੀ, ਤਾਂ ਪਤਾ ਲੈਣ ਲੱਗਿਆ। ਤਰਸੇਮ ਨੇ ਦੱਸਿਆ ਕਿ ਮੁਕੰਦ ਸੂ ਦੀ ਹਵੇਲੀ 'ਚ ਹੁਣ ਬਾਜੀਗਰਾਂ ਦਾ ਕੋਈ ਨਹੀਂ ਰਹਿੰਦਾ, ਹਵੇਲੀ ਵੇਚ ਗਏ ਸੀ ਸਰਦਾਰ ਆ ਕੇ, ਹੁਣ ਉੱਥੇ ਭੀਮ ਸੈਨ ਦੇ ਮੁੰਡੇ ਵਿਜੇ ਕੁਮਾਰ ਦਾ ਮੁਰਗੀ ਖਾਨਾ ਹੈ। ਵਿਜੇ ਕੁਮਾਰ ਜੀ ਦੀ ਰੋਡੂ ਸ਼ਾਹ ਦੀ ਮੰਡੀ ਆੜਤ ਦੀ ਦੁਕਾਨ ਹੈ, ਦੁੱਲਾ ਢਾਬ 'ਤੇ ਰਹਿੰਦਾ ਹੁੰਦਾ। ਢਾਬ ਕਿਹੜੀ? ਮੈਂਗਲ ਨੂੰ ਕੋਈ ਪਤਾ ਨਹੀਂ ਸੀ। ਆਪਣੇ ਪਿੰਡ ਅਤੇ ਟਿੱਬੇ ਦੇ ਦੋਵੇਂ ਪਿੰਡਾਂ ਵਿਚਾਲੇ ਇੱਕ ਢਾਬ ਹੈ, ਇਹ ਦੁੱਲੇ ਨੇ ਪਟਵਾਈ ਸੀ। ਦੁੱਲਾ ਉੱਥੇ ਜਾ ਕੇ ਰਹਿਣ ਲੱਗ ਪਿਆ ਸੀ, ਫਿਰ ਮਰ ਗਿਆ। ਮਰ ਗਿਆ? ਮੈਂਗਲ ਹੈਰਾਨ ਹੋਏ। ਹਾਂ ਮਰ ਗਿਆ, ਤਰਸੇਮ ਨੇ ਸਧਾਰਨ ਵਾਂਗ ਦੱਸਿਆ। ਅੱਛਾ ਯਾਰ, ਮੈਂਗਲ ਅਜੇ ਤੱਕ ਤੰਗ ਹੋਇਆ ਬੈਠਾ ਸੀ। ਫਿਰ ਤਰਸੇਮ ਨੇ ਪੁੱਛਿਆ, ਉਹ ਬਾਜੀਗਰਨੀ ਨੂੰ ਤੂੰ ਲੈ ਗਿਆ ਸੀ ਸੁਣਿਆ? ਹਾਂ ਮੈਂ ਹੀ ਲੈ ਗਿਆ ਸੀ। ਇਹ ਸੱਚੀ ਗੱਲ ਹੈ? ਹੋਰ ਝੂਠੀ ਹੈ? ਮੈਂ ਹੀ ਲੈ ਗਿਆ ਸੀ।
ਨਾਲੇ ਐਂ ਕਹੀ ਜਾਂਦੇ ਆ ਪਿੰਡ ਆਪਣੇ ਵੀ ਉਹ ਮਰ ਗਈ ਕਿਧਰੇ। ਹਾਂ ਮਰ ਗਈ, ਫਿਰ ਤੂੰ ਕਿਵੇਂ ਆਖਦਾ ਬਈ ਮੈਂ ਲੈ ਗਿਆ ਸੀ, ਉਹ ਮੇਰੇ ਕੋਲ ਹੀ ਮਰੀ ਹੈ। ਮੈਂਗਲ ਜਿਵੇਂ ਆਪਣੇ ਆਪ ਨੂੰ ਹੀ ਦੱਸ ਰਿਹਾ ਹੋਵੇ। ਉਹਨੇ ਤਰਸੇਮ ਨੂੰ ਚਾਹ ਪਾਣੀ ਪੁੱਛਿਆ, ਪਰ ਉਹ ਕਹਿੰਦਾ ਤੂੰ ਦੱਸ ਕੋਈ ਸੇਵਾ, ਆਪਣੀ ਮਾਸੀ ਹੈ ਇੱਥੇ, ਇੱਧਰ ਪਿੰਡ 'ਚ ਹੈ ਘਰ ਉਹਦਾ। ਜਦੋਂ ਨਿਖੜਨ ਲੱਗੇ ਤਾਂ ਮੈਂਗਲ ਨੇ ਪੁੱਛਿਆ, ਸਾਡਿਆਂ ਦਾ ਕੀ ਹਾਲ ਹੈ? ਅੱਛਾ, ਤਰਸੇਮ ਮੈਂਗਲ ਦੇ ਸਵਾਲ ਉੱਤੇ ਉਦਾਸ ਹੋ ਗਿਆ ਅਤੇ ਦੱਸਿਆ, ਧੌਂਕਲ ਵੀ ਗੁਜ਼ਰ ਗਿਆ ਭਾਈ, ਬਿਮਾਰ ਜਿਹਾ ਰਹਿੰਦਾ ਸੀ, ਤੇਰੀ ਭਰਜਾਈ ਹੈਗੀ। ਮੈਂਗਲ ਲਈ ਇਹ ਭਾਰੀ ਸਦਮਾ ਸੀ, ਧੌਂਕਲ ਫਿਰ ਵੀ ਭਾਈ ਸੀ ਉਹਦਾ, ਮਾਂ ਜਾਇਆ ਭਰਾ, ਉਹ ਇੱਕ ਢਿੱਡੋਂ ਜੰਮੇ ਸੀ। ਉਹਨੇ ਅੱਖਾਂ ਭਰ ਲਈਆਂ, ਉਹਦੇ ਨਾਲ ਹੱਥ ਮਿਲਾ ਕੇ ਆਖਿਆ, ਚੰਗਾ ਤਰਸੇਮ ਮੈਂ ਆਊਂਗਾ ਕਦੇ, ਤੂੰ ਪਿੰਡ ਆ ਕੇ ਰਹਿ ਯਾਰ, ਇੱਥੇ ਹੁਣ ਕਿੱਥੇ ਹੁੰਦਾ ਹੈ, ਬਸ ਇੱਥੇ ਹੀ ਹਾਂ, ਇੱਥੇ ਲਹਿਰੇ, ਹਾਂ ਬਸ ਇੱਥੇ ਹੀ ਸਮਝ। ਲੇਲ ਖੁਰਦ ਨੂੰ ਮੁੜਦਿਆਂ ਮੈਂਗਲ ਨੂੰ ਲੱਗ ਰਿਹਾ ਸੀ ਜਿਵੇਂ ਤਰਸੇਮ ਕੀ ਮਿਲਿਆ, ਉਹਨੂੰ ਸਾਰਾ ਹੀ ਥੰਮਣ ਵਾਲਾ ਮਿਲ ਪਿਆ ਹੋਵੇ, ਜਿਵੇਂ ਮੈਂਗਲ ਆਪ ਥੰਮਣ ਵਾਲੇ ਜਾ ਆਇਆ ਹੋਵੇ। ਅੰਗ ਬਾਈਵਾਂ। ਇਸ ਦੌਰਾਨ ਜਵਾਲਾ ਸਿੰਘ ਗੁਜ਼ਰ ਗਿਆ। ਉਹਦੀ ਉਮਰ ਵੀ ਤਾਂ 80 ਤੋਂ ਉੱਤੇ ਸੀ, ਉਹਨੂੰ ਕੋਈ ਬਿਮਾਰੀ ਨਹੀਂ ਸੀ, ਚੰਗਾ ਭਲਾ ਤੁਰਿਆ ਫਿਰਦਾ ਸੀ, ਉਹ ਮੰਜੇ 'ਤੇ ਪੈ ਕੇ ਨਹੀਂ ਮਰਿਆ, ਬਸ ਚੱਲਦਾ ਫਿਰਦਾ ਹੀ ਮੁੱਕ ਗਿਆ। ਪਿੰਡ 'ਚ ਗੱਲਾਂ ਹੋ ਰਹੀਆਂ ਸੀ, ਇਹੋ ਜਿਹੀ ਮੌਤ ਰੱਬ ਹਰ ਕਿਸੇ ਨੂੰ ਦੇਵੇ। ਰਾਤ ਨੂੰ ਰੋਟੀ ਖਾ ਕੇ ਦੁੱਧ ਪੀ ਕੇ ਪਿਆ, ਤੜਕੇ ਨੂੰ ਨਹੀਂ ਸੀ। ਲੋਕ ਆਖਦੇ ਭਾਗ ਵਾਲਾ ਤਾਂ ਭਰਿਆ ਪਰਿਵਾਰ ਛੋੜ ਕੇ ਗਿਆ। ਜਵਾਲਾ ਸਿੰਘ ਦੀ ਘਰਵਾਲੀ 20 ਸਾਲ ਪਹਿਲਾਂ ਗੁਜ਼ਰ ਗਈ ਸੀ, ਉਹ ਵੀ ਐਵੇਂ ਜਿਵੇਂ ਤੁਰਦੀ ਫਿਰਦੀ ਮੁੱਕੀ ਸੀ, ਤਾਪ ਸਰਵਾ ਕੁਝ ਵੀ ਨਹੀਂ ਸੀ। ਜਵਾਲਾ ਸਿੰਘ ਦਾ ਇੱਕੋ ਮੁੰਡਾ ਸੀ, ਸੱਸ ਦੀ ਥਾਂ ਬਹੂ ਨੇ ਲੈ ਲਈ। ਜਸਮੇਲ ਕੌਰ ਦਾ ਸੁਭਾਅ ਸੱਸ ਨਾਲੋਂ ਵੀ ਚੰਗਾ ਸੀ। ਕੁਝ ਸਾਲਾਂ ਬਾਅਦ ਹੀ ਉਹ ਘਰ ਦੀ ਮਾਲਕਣ ਬਣ ਗਈ, 5 ਕਰੇ 50 ਕਰੇ ਉਹਨੂੰ ਕੋਈ ਰੋਕਦਾ ਟੋਕਦਾ ਨਹੀਂ ਸੀ। ਜਵਾਲਾ ਸਿੰਘ ਦੇ ਗਾਂ 3 ਪੋਤੇ ਸੀ, 3 ਜਵਾਲਾ ਸਿੰਘ ਨੇ ਆਪ ਵਿਆਹੇ, ਪੋਤਿਆਂ ਦੇ ਵੀ ਅੱਗੇ ਜਵਾਕ ਸੀ। ਜਵਾਲਾ ਸਿੰਘ ਮਰੇ ਤੋਂ ਮੈਂਗਲ ਹੋਰ ਵੀ ਉਦਾਸ ਹੋ ਗਿਆ, ਚਾਹੇ ਜਸਮੇਲ ਕੌਰ ਉਹਦੀ ਮਾਂ ਸਮਾਨ ਸੀ, ਉਹਦਾ ਮੋਹ ਕਰਦੀ, ਪਰ ਜਵਾਲਾ ਸਿੰਘ ਦੀ ਗੱਲ ਹੋਰ ਸੀ, ਜਿਵੇਂ ਉਹਦਾ ਪਿਓ ਮਰ ਗਿਆ ਹੋਵੇ। ਜਵਾਲਾ ਸਿੰਘ ਜਿਉਂਦੇ ਤੋਂ ਹੀ ਮੈਂਗਲ ਜਿੱਦ ਕਰਦਾ ਆ ਰਿਹਾ ਸੀ ਕਿ ਉਹ ਵਾਪਸ ਆਪਣੇ ਪਿੰਡ ਜਾਣਾ ਚਾਹੁੰਦਾ, ਉਹਦਾ ਭਰਾ ਗੁਜ਼ਰ ਗਿਆ, ਭਰਜਾਈ ਇਕੱਲੀ ਹੈ, ਘਰ ਬਾਰ ਸਭ ਕੁਝ ਹੈ ਉਹਦਾ, ਉੱਥੇ ਜਾ ਕੇ ਵਸੇਗਾ, ਕੋਈ ਆਪਣਾ ਕਾਰੋਬਾਰ ਕਰੇਗਾ, ਉਹਦੇ ਪਿੰਡ ਨਾਲ ਹੀ ਮੰਡੀ ਸਕੂਲ ਹੈ, ਜੱਸੀ ਉੱਥੇ ਪੜ੍ਹੇਗਾ। ਜਵਾਲਾ ਸਿੰਘ ਮੈਂਗਲ ਦੀਆਂ ਗੱਲਾਂ ਸੁਣ ਕੇ ਹੱਸਣ ਲੱਗਦਾ, ਹਰ ਵਾਰ ਕਹਿੰਦਾ, ਇੱਠਾ ਕਰ ਲੈ ਜੋ ਕਰਨਾ ਭਾਈ, ਖੇਤੀ ਕਰ ਲੈ, ਜ਼ਮੀਨ ਦੇ ਦਿੰਦੇ ਹਾਂ, ਬੈਠਕ ਧਮੇ ਦਿੱਤੀ ਹੋਈ ਹੈ, ਜੱਸੀ ਪੜ੍ਹਦਾ ਹੈ, ਪੜ੍ਹੀ ਜਾਏ, ਇਹਨੂੰ ਇੱਥੇ ਹੀ ਵਿਆਹਾਂਗੇ। ਜਵਾਲਾ ਸਿੰਘ ਦਾ ਪੁੱਤਰ ਬਲਵੰਤ ਸਿੰਘ ਰੱਬੀ ਰੂਹ ਸੀ, ਘਰ ਕਬੀਲਦਾਰੀ 'ਚ ਉਹਦਾ ਕੋਈ ਦਖਲ ਨਹੀਂ ਸੀ, ਕੰਮ 'ਚ ਧਿਆਨ ਰੱਖਦਾ। ਕਬੀਲਦਾਰੀ ਜਵਾਲਾ ਸਿੰਘ ਦੇ ਹੱਥ ਸੀ ਜਾਂ ਫਿਰ ਬਲਵੰਤ ਸਿੰਘ ਦੀ ਬਹੂ ਜਸਮੇਲ ਕੌਰ ਦੇ ਹੱਥ। ਹੁਣ ਜਦੋਂ ਜਵਾਲਾ ਸਿੰਘ ਨਹੀਂ ਸੀ ਤਾਂ ਵੀ ਬਲਵੰਤ ਸਿੰਘ ਨੇ ਕਬੀਲਦਾਰੀ ਨਹੀਂ ਸਾਂਭੀ, ਉਹ ਤਾਂ ਖੇਤ ਜਾਂਦਾ, ਕੰਮ ਕਰਦਾ, ਗੱਲਾਂ ਕਰਦਾ ਤਾਂ ਫਸਲਾਂ ਨਾਲ ਗੱਲਾਂ ਕਰਦਾ। ਉਹਨੇ ਤਾਂ ਹੁਣ ਜਸਮੇਲ ਕੌਰ ਨਾਲ ਵੀ ਕਦੇ ਬੈਠ ਕੇ ਗੱਲਬਾਤ ਨਹੀਂ ਕੀਤੀ ਸੀ, ਮੈਂਗਲ ਨਾਲੋਂ ਮਸਾਈ ਗੱਲ ਕਰਦਾ। ਬਲਵੰਤ ਦੇਵਤਾ ਵੀ ਸੀ, ਨਾ ਚੜ੍ਹੀ ਦੀ ਨਾ ਲੱਥੀ ਦੀ। ਜਦੋਂ ਸਰਦਾਰੋ ਮਰੀ ਤਾਂ ਇੱਕ ਦਿਨ ਮੈਂਗਲ ਨੂੰ ਗਮਗੀਨ ਬੈਠਾ ਵੇਖ ਕੇ ਬਲਵੰਤ ਨੇ ਉਹਦੇ ਮੋਢੇ 'ਤੇ ਹੱਥ ਧਰਿਆ, ਸਿਰਫ ਇੰਨਾ ਹੀ ਕਿਹਾ, ਬਸ। ਹੁਣ ਜਦੋਂ ਮੈਂਗਲ ਜਸਮੇਲ ਕੌਰ ਨਾਲ ਉੱਚੀ ਉੱਚੀ ਬੋਲ ਕੇ ਗੱਲਾਂ ਕਰਦਾ ਅਤੇ ਜ਼ੋਰ ਦਿੰਦਾ ਕਿ ਉਹਨੇ ਇੱਥੋਂ ਜਾਣਾ ਤਾਂ ਬਲਵੰਤ ਸਿੰਘ ਸੁਣਦਾ ਰਹਿੰਦਾ। ਅਖੀਰ ਇੱਕ ਦਿਨ ਉਹਨੇ ਮੈਂਗਲ ਨੂੰ ਕਿਹਾ, ਇੱਥੋਂ ਕਿਉਂ ਜਾਣਾ ਭਾਈ, ਤਾਂ ਉਰੇ ਹੀ ਰਹਿ। ਪਰ ਮੈਂਗਲ ਨੇ ਆਪਣੀ ਜਿੱਦ ਨਹੀਂ ਛੱਡੀ, ਜਸਮੇਲ ਕੌਰ ਵੀ ਉਹਦੀ ਨਿੱਤ ਦੀ ਗੱਲ ਤੋਂ ਅੱਕੀ ਪਈ ਸੀ, ਉਹਨੂੰ ਬਹੁਤ ਸਮਝਾ ਥੱਕ ਚੁੱਕੀ ਸੀ, ਪਰ ਉਹ ਸਮਝਦਾ ਨਹੀਂ ਸੀ, ਬੱਚਿਆਂ ਵਾਲੀ ਹਿੰਡ ਸੀ, ਅੜੀ ਫੜ ਰੱਖੀ ਸੀ ਬਸ। ਅਖੀਰ ਜਸਮੇਲ ਕੌਰ ਨੇ ਕਿਹਾ, ਜਾਣਾ ਹੈ ਤਾਂ ਜਾ ਫਿਰ, ਪਰ ਜੱਸੀ ਨੂੰ ਇੱਥੇ ਛੋੜ ਜਾ। ਉਹ ਇਹ ਵੀ ਨਹੀਂ ਮੰਨਦਾ ਸੀ, ਮੈਂਗਲ ਦੀ ਤਿਆਰੀ ਹੋ ਗਈ, ਜੱਸੀ ਜਾਣਾ ਨਹੀਂ ਚਾਹੁੰਦਾ ਸੀ, ਰੋਣ ਲੱਗਦਾ ਜਾਂ ਕਿਧਰੇ ਲੁੱਕ ਜਾਂਦਾ, ਪਰ ਮੈਂਗਲ ਉਹਦੇ ਵੱਲ ਘੂਰ ਕੇ ਦੇਖਦਾ, ਚੁੱਪ ਹੋ ਜਾਂਦਾ। ਜਸਮੇਲ ਕੌਰ ਨੇ ਭਰੇ ਮਨ ਨਾਲ ਕਿਹਾ, ਮੈਂਗਲ ਚਲਿਆ ਜਾ ਫਿਰ, ਮੈਸਾਂ ਵਿੱਚੋਂ ਇੱਕ ਮੈਂਸ ਲੈ ਜਾ, ਜੋ ਵੀ ਤੈਨੂੰ ਪਸੰਦ ਹੈ, ਦੁੱਧ ਪੀਣ ਨੂੰ ਮੈਂਸ ਦਿੰਦੀ ਹਾਂ ਤੈਨੂੰ। ਮੈਂਗਲ ਜਸਮੇਲ ਕੌਰ ਦੀ ਗੱਲ ਸੁਣ ਕੇ ਮੂੰਹ 'ਚ ਰੋਣ ਲੱਗ ਪਿਆ, ਆਪਣੇ ਲੀੜੇ ਕੱਪੜੇ ਸਾਂਭ ਲਏ, ਜੱਸੀ ਦੇ ਕੱਪੜੇ ਘਰ ਦੇ ਜਵਾਕਾਂ ਨੇ ਉਹਦੇ ਝੋਲੇ 'ਚ ਪਾ ਦਿੱਤੇ, ਉਹਦੀਆਂ ਕਿਤਾਬਾਂ ਕਾਪੀਆਂ ਇੱਕ ਅਲੱਗ ਝੋਲੇ 'ਚ ਸੀ, ਇਹ ਝੋਲਾ ਉਹਦਾ ਸਕੂਲ ਵਾਲਾ ਬਸਤਾ ਸੀ, ਉਦੋਂ 7ਵੀਂ ਜਮਾਤ ਸੀ, 13-14 ਸਾਲ ਦੀ ਉਮਰ ਹੋਏਗੀ। ਮੈਂਗਲ ਆਪ ਮੱਝ ਨਹੀਂ ਖੋਲ੍ਹ ਰਿਹਾ ਸੀ, ਚੁੱਪ ਖੜ੍ਹਾ ਸੀ, ਨਾ ਹੀ ਇਹ ਆਖਦਾ ਸੀ ਕਿ ਆਪੇ ਦੇ ਦਿਓ ਜਿਹੜੀ ਦੇਣੀ ਹੈ। ਜਸਮੇਲ ਕੌਰ ਨੇ ਆਪ ਹੀ ਫਿਰ ਇੱਕ ਮੱਝ ਕਿੱਲੇ ਤੋਂ ਖੋਲ੍ਹੀ, ਇਹਦੇ ਮਗਰ ਕੁਝ ਨਹੀਂ ਸੀ ਪਰ ਦੁੱਧ ਦਿੰਦੀ ਸੀ, ਕੱਟੀ 2 ਮਹੀਨੇ ਦੀ ਹੋ ਕੇ ਮਰ ਗਈ ਸੀ, ਮੱਝ ਹੁਣ ਪਹਾੜੇ 'ਚ
ਪਹਾੜੇ 'ਤੇ ਮਿਲਦੀ। ਜਸਮੇਲ ਕੌਰ ਨੇ ਇਹ ਵੀ ਆਖਿਆ ਸੀ ਕਿ ਕਟਰੂ ਵਾਲੀ ਮੱਝ ਇੰਨੀ ਦੂਰ ਕਿਵੇਂ ਪਹੁੰਚੇਗੀ, ਕਟਰੂ ਤਾਂ ਰਾਹ 'ਚ ਹੀ ਮਰ ਜਾਏਗਾ, ਕਟਰੂ ਤਾਂ ਨਾ ਤੁਰੇ ਨਾ ਚੁੱਕਿਆ ਜਾਏ। ਮਹਿੰਗਲ ਨੇ ਮੱਝ ਦਾ ਰੱਸਾ ਫੜ ਲਿਆ, ਮੱਥੇ ਨੂੰ ਲਾਇਆ, ਛੱਡ ਦਿੱਤੀ ਪਿਓ ਪੁੱਤ ਨੇ ਲਹਿਲ ਖੁਰਦ, ਛੱਡ ਦਿੱਤੀ ਉਹਨਾਂ ਨੇ ਇਹ ਮਿੱਟੀ, ਜਿਸ ਮਿੱਟੀ 'ਚ ਸਰਦਾਰੂ ਦੀ ਮਿੱਟੀ ਭਸਮ ਹੋ ਗਈ ਸੀ, ਛੱਡ ਦਿੱਤੀ ਉਹਨਾਂ ਨੇ ਉਹ ਮਿੱਟੀ ਜਿਸ ਮਿੱਟੀ 'ਚ ਇੰਨੇ ਵਰ੍ਹੇ ਅੰਨ ਪਾਣੀ ਖਾਂਦੇ ਰਹੇ ਸੀ। ਸਾਰਾ ਪਰਿਵਾਰ ਉਹਨਾਂ ਨੂੰ ਵਿਦਾ ਕਰਨ ਆਇਆ। ਮਹਿੰਗਲ ਦੀਆਂ ਅੱਖਾਂ ਭਰੀਆਂ ਹੋਈਆਂ ਸੀ, ਜੱਸੀ ਦੀਆਂ ਅੱਖਾਂ 'ਚ ਪਾਣੀ ਸੀ, ਮੱਝ ਨੇ ਰੜਾਹਟ ਪਾਇਆ ਹੋਇਆ ਸੀ। ਉੱਧਰ ਪਰਿਵਾਰ ਦੇ ਜਵਾਕ ਦੀਆਂ ਅੱਖਾਂ ਗਿੱਲੀਆਂ ਸੀ। ਜਸਮੇਲ ਕੌਰ ਨੇ ਜੱਸੀ ਨੂੰ ਹਿੱਕ ਨਾਲ ਲਾ ਕੇ ਪਿਆਰ ਦਿੱਤਾ, ਜੱਸੀ ਦੀਆਂ ਲੇਰਾਂ ਨਿਕਲ ਗਈਆਂ। ਉਹਨੂੰ ਚੁੱਪ ਕਰਾ ਕੇ ਅਤੇ ਪਰੇ ਲਿਜਾ ਕੇ ਜਸਮੇਲ ਕੌਰ ਨੇ ਉਹਦੇ ਕੰਨ 'ਚ ਕੁਛ ਆਖਿਆ। ਪਹਿਲਾਂ ਉਹ ਲਹਿਰਾਂ ਜਾਗੇ ਤੋਂ ਪੁੱਛਦੇ ਪੁੱਛਾਉਂਦੇ ਪਿੰਡਾਂ ਨੂੰ ਹੋ ਲਏ। ਮਹਿੰਗਲ ਨੇ ਲੇਹਲ ਖੁਰਦੀ ਸਿਆਣੇ ਬੰਦਿਆਂ ਤੋਂ ਪਿੰਡਾਂ ਦਾ ਰਾਹ ਪੁੱਛ ਲਿਆ ਸੀ। ਫਿਰ ਜੱਸੀ ਨੂੰ ਉਹਨੇ ਕਿਹਾ ਸੀ ਕਿ ਉਹ ਇਹਨਾਂ ਪਿੰਡਾਂ ਦੇ ਨਾਂ ਆਪਣੇ ਕਿਸੇ ਕਾਪੀ 'ਚ ਲਿਖ ਲਵੇ। ਤੜਕੇ ਸਦਿਆਂ ਦੇ ਚਲੇ ਹੋਏ ਉਹ ਦਿਨ ਛਿਪਦੇ ਨੂੰ ਥੰਮਣ ਵਾਲੇ ਪਹੁੰਚ ਗਏ। ਖੌਸੇ ਸਾਰੇ ਪਰੌਂਠੇ, ਅਚਾਰ, ਗੰਢੇ ਇੱਕ ਵੱਡੇ ਕੋਣੇ 'ਚ ਬੰਨ੍ਹ ਕੇ ਜਸਮੇਲ ਕੌਰ ਨੇ ਉਹਨਾਂ ਨੂੰ ਦਿੱਤੇ ਸੀ। ਰਾਹਾਂ 'ਚ ਤਿੰਨ ਥਾਂ ਬੈਠ ਕੇ ਉਹਨਾਂ ਨੇ ਰੋਟੀ ਖਾਧੀ ਸੀ। ਮੱਝ ਵੀ ਦਮ ਲੈ ਲੈਂਦੀ, ਦੋ ਪਿੰਡਾਂ 'ਚ ਚਾਹ ਪੀਤੀ, ਫਿਰਨੀ ਉੱਤੇ ਘਰ ਸੀ, ਚੰਗੇ ਬੰਦੇ ਸੀ, ਖਾਂਦੇ ਪੀਂਦੇ ਲੋਕ। ਮੱਝ ਨੂੰ ਤੜਕੇ ਚੋ ਕੇ ਉਹ ਤੁਰੇ ਸੀ, ਥੰਮਣ ਵਾਲੇ ਆਥਣੇ ਆ ਕੇ ਉਹਨੇ ਦੁੱਧ ਨਹੀਂ ਦਿੱਤਾ, ਬੈਠ ਗਈ ਅਤੇ ਬੈਠੀ ਰਹੀ। ਮਹਿੰਗਲ ਨੇ ਡੰਡੇ ਮਾਰ ਕੇ ਉਹਨੂੰ ਖੜੀ ਕੀਤਾ, ਚਾਟ ਨੂੰ ਮੂੰਹ ਨਹੀਂ ਲਾਇਆ, ਨਾ ਦੁੱਧ ਲਾਇਆ, ਫਿਰ ਬੈਠ ਗਈ। ਇੰਨਾ ਲੰਮਾ ਪੈਂਡਾ ਮਾਰ ਕੇ ਪੂਰਾ ਥੱਕ ਗਈ ਸੀ। ਥੰਮਣ ਵਾਲੇ ਜਾਣ ਤੋਂ ਪਹਿਲਾਂ ਹੀ ਮਹਿੰਗਲ ਦੀ ਹਵਾ ਉੱਥੇ ਪਹੁੰਚੀ ਹੋਈ ਸੀ, ਪਰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਉਹਦਾ ਇੱਕ ਮੁੰਡਾ ਵੀ ਹੈ। ਉਹ ਉਪਰਿਆਂ ਵਾਂਗ ਪਿੰਡ ਵੜੇ ਸੀ, ਕਿਸੇ ਨੇ ਵੀ ਮਹਿੰਗਲ ਨੂੰ ਸਿਆਣਿਆ ਨਹੀਂ। ਉਹਦੀਆਂ ਦਾੜ੍ਹੀ ਮੁੱਛਾਂ ਵਧੀਆਂ ਹੋਈਆਂ ਸੀ, ਦਾੜ੍ਹੀ 'ਚ ਕੋਈ ਕੋਈ ਚਿੱਟਾ ਵਾਲ ਸੀ, ਦਾੜ੍ਹੀ ਮੁੱਛਾਂ ਇੰਨੀਆਂ ਫੈਲੀਆਂ ਸੀ ਕਿ ਚਿਹਰੇ ਦਾ ਪਤਾ ਹੀ ਨਹੀਂ ਸੀ ਲੱਗਦਾ। ਢਿਲਕੀ ਹੋਈ ਪਗੜੀ ਨੇ ਚਿਹਰੇ ਨੂੰ ਹੋਰ ਵੀ ਢੱਕ ਲਿਆ। ਮਹਿੰਗਲ ਨੇ ਬੰਦੇ ਸਿਆਣ ਲਏ ਸਨ, ਪਰ ਕਿਸੇ ਨੂੰ ਬੁਲਾਇਆ ਨਹੀਂ। ਸੋਚਿਆ ਸੀ ਕੱਲ੍ਹ ਨੂੰ ਹੀ ਗੱਲ ਕਰਾਂਗੇ ਇਹਨਾਂ ਨਾਲ। ਉਹ ਅੱਖਾਂ ਵਿੱਚ ਹੀ ਹੱਸਦਾ, ਉਹਦੇ ਬੁੱਲ ਕਦੇ ਸੁੰਗੜਦੇ ਕਦੇ ਫੈਲ ਜਾਂਦੇ, ਉਹ ਕਦੇ ਖੁਸ਼ ਹੁੰਦਾ ਕਦੇ ਹੈਰਾਨ। ਉਹ ਜਿੱਥੋਂ ਵੀ ਲੰਘ ਗਿਆ ਸੋ ਲੰਘ ਗਿਆ, ਮੁੜ ਕੇ ਨਹੀਂ ਝਾਕਿਆ। ਸੱਥਾਂ 'ਚ ਬੈਠੇ ਲੋਕ ਜ਼ਰੂਰ ਹੈਰਾਨ ਹੁੰਦੇ, ਗੱਲ ਕਰਦੇ ਕਿ ਇਹ ਕੌਣ ਹੋਇਆ ਬਈ, ਕਿਹਦੇ ਜਾਣੇ। ਘਰ ਦਾ ਬਾਰ ਖੁੱਲ੍ਹਾ ਸੀ, ਮੱਝ ਦਾ ਰੱਸਾ ਜੱਸੀ ਨੂੰ ਫੜਾ ਕੇ ਪਹਿਲਾਂ ਮਹਿੰਗਲ ਅੰਦਰ ਗਿਆ। ਪਰ ਸਿੰਨੀ ਚੁੱਲ੍ਹੇ ਮੂਹਰੇ ਬੈਠੀ ਦਾਲ ਰਿੰਨ ਰਹੀ ਸੀ, ਆਟਾ ਗੁੰਨ ਕੇ ਥਾਲੀ 'ਚ ਪੌਣੇ ਨਾਲ ਢੱਕਿਆ ਪਿਆ ਸੀ। ਚੁੱਲ੍ਹੇ 'ਚ ਛਿਟੀਆਂ ਦਾ ਕੋਈ ਕੋਈ ਡੱਕਾ ਸੁੱਟਦੀ, ਬਲ ਰਹੀਆਂ ਛਿਟੀਆਂ ਦੇ ਰੁੱਗ ਨੂੰ ਗਾਂਹ ਕਰਦੀ। ਉਹ ਨਿਸ਼ਚਿੰਤ ਜੀ ਬੈਠੀ ਸੀ, ਅੱਗ ਲੱਟ ਲੱਟ ਬਲਣ ਲੱਗਦੀ ਤਾਂ ਦੋਵੇਂ ਹੱਥ ਜੋੜਦੀ ਅਤੇ ਮੱਥੇ ਨੂੰ ਲਾ ਕੇ ਬੈਠ ਜਾਂਦੀ। ਮਹਿੰਗਲ ਨੇ ਖੰਘੂਰ ਮਾਰੀ, ਉਹ ਮੱਥੇ ਤੋਂ ਹੱਥ ਪਰਾਂ ਹਟਾ ਕੇ ਵਿਹੜੇ ਵੱਲ ਗੌਰ ਨਾਲ ਝਾਕੀ। ਮਹਿੰਗਲ ਨੇ ਉਹਨੂੰ ਮੱਥਾ ਟੇਕਿਆ, ਪੈਰੀ ਹੱਥ ਲਾਏ, ਬੋਲਿਆ ਸਿਆਣਿਆ ਨਹੀਂ ਮੈਨੂੰ? ਨਾ ਭਾਈ, ਮੈਂ ਤਾਂ ਸਿਆਣਿਆ ਨਹੀਂ, ਇੱਥੋਂ ਹੀ ਹੋ ਕਿ ਪਾਸਿਓਂ ਕਿੱਧਰੋਂ, ਬੋਲ ਤੋਂ ਵੀ ਨਹੀਂ ਪਛਾਣ ਆਉਂਦੀ। ਨਾ ਭਾਈ, ਕੋਈ ਪਤਾ ਨਹੀਂ ਲੱਗਦਾ ਮੈਨੂੰ ਤਾਂ। ਰਸੋਈ 'ਚ ਘੁਸਮੁੱਸਾ ਸੀ, ਸਿਆਲ ਦੀ ਰੁੱਤ ਸੀ, ਉਹ ਪਰਸੀਨੀ ਦੇ ਸਾਹਮਣੇ ਬੈਠਾ ਸੀ। ਚੁੱਲ੍ਹੇ ਦੇ ਚਾਨਣ 'ਚ ਮਹਿੰਗਲ ਦਾ ਚਿਹਰਾ ਦਿਸਦਾ, ਉਹ ਫੋਕਾ ਫੋਕਾ ਜਿਹਾ ਹੱਸ ਰਹੀ ਸੀ, ਆਖਦੀ ਸੀ, ਨਾ ਭਾਈ, ਮੇਰੀ ਸਮਝ ਤੋਂ ਬਾਹਰ ਆ, ਤੂੰ ਆਪ ਹੀ ਦੱਸ ਦੇ ਕੌਣ ਹੈ ਤੂੰ। ਬਸ ਜਮਾਂ ਨਹੀਂ ਸਿਆਣਿਆ ਮੈਨੂੰ। ਨਾ ਭਾਈ, ਉਹ ਫਿਰ ਨਿੱਕਾ ਨਿੱਕਾ ਹੱਸੀ, ਤੁਹਾਡਾ ਧੌਂਕਲ ਕਿੱਥੇ ਹੈ? ਉਹ ਤਾਂ ਗੁਜ਼ਰ ਗਿਆ ਭਾਈ, ਗਿਆ ਉੱਥੇ, ਪਰਸੀਨੀ ਨੇ ਤਾਂ ਹੱਥ ਕੀਤਾ। ਅਤੇ ਮਹਿੰਗਲ, ਉਹਦਾ ਕੋਈ ਪਤਾ ਨਹੀਂ, ਕਈ ਸਾਲ ਹੋ ਗਏ, ਉਹਨੇ ਖਾਲੀ ਹੱਥ ਲਾਇਆ। ਮਹਿੰਗਲ ਆਉਂਦਾ ਨਹੀਂ ਹੁਣ, ਕੀ ਪਤਾ ਹੈ, ਹੋਊਗਾ ਤਾਂ ਆਜੂਗਾ, ਤਾਂ ਫਿਰ ਆ ਬੈਠਾ ਮੈਂ। ਮੈਂ ਮਹਿੰਗਲ? ਤੂੰ ਮਹਿੰਗਲ? ਹਾਂ, ਤੇਰੇ ਸਾਹਮਣੇ ਆ। ਹੁਣ ਆਉਣਾ ਸਿਆਣ ਸਿੱਕੇ, ਹਾਲੇ ਵੀ ਨਹੀਂ। ਭਰਜਾਈ ਨੇ ਦੋਵੇਂ ਹੱਥਾਂ ਦੀ ਤਾੜੀ ਮਾਰੀ, ਮੂੰਹ ਅਜੀਬ ਜਿਹੀ ਆਵਾਜ਼ ਕੱਢੀ, ਹੂ। ਮਹਿੰਗਲ ਨੇ ਦੁਬਾਰਾ ਉਹਦੇ ਪੈਰ ਫੜੇ। ਮੈਂ ਮਰ ਜਾ, ਉੱਠ ਕੇ ਖੜੀ ਹੋ ਗਈ, ਉਹਦਾ ਹਾਲ ਚਾਲ ਪੁੱਛਣ ਲੱਗੀ। ਮੁੰਡਾ ਵੀ ਹੈ? ਮੁੰਡਾ ਕੌਣ? ਪੁੱਤ ਆਪਣਾ? ਉਹ ਸਮਝੀ ਨਹੀਂ। ਮਹਿੰਗਲ ਨੇ ਜੱਸੀ ਨੂੰ ਹਾਕ ਮਾਰੀ ਅਤੇ ਕਿਹਾ ਕਿ ਉਹ ਅਗਲੇ ਬਾਰ ਜਾ ਕੇ ਮੈਸ ਨੂੰ ਅੰਦਰ ਬੰਦ ਹੋਵੇ। ਜੱਸੀ ਨੂੰ ਅਗਲੇ ਬਾਰ ਦਾ ਕੋਈ ਪਤਾ ਨਹੀਂ ਸੀ, ਉਹ ਤਾਂ ਸਭ ਕਾਸੇ ਤੋਂ ਅਣਜਾਣ ਸੀ। ਅਤੇ ਫਿਰ ਮਹਿੰਗਲ ਆਪ ਬੈਠਕ ਦੇ ਬਾਰ ਤੋਂ ਬਾਹਰ ਗਿਆ, ਮੱਝ ਦਾ ਰੱਸਾ ਫੜ ਕੇ ਅੱਗੇ ਨੂੰ ਹੋ ਗਿਆ। ਤਖਤੇ ਖੁੱਲ੍ਹੇ ਹੀ ਸੀ,
ਉਹਨੇ ਮੱਝ ਅੰਦਰ ਲਿਜਾ ਕੇ ਕਿੱਲੇ ਨਾਲ ਬੰਨ੍ਹ ਦਿੱਤੀ। ਖੁਰਲੀ ਉਹੀ ਸੀ, ਕਿੱਲੇ ਉਹੀ ਸੀ, ਪਰ ਘਰ 'ਚ ਪਸ਼ੂ ਕੋਈ ਨਹੀਂ ਸੀ। ਪਸ਼ੂਆਂ ਲਈ ਨੀਰਾ ਚਾਰਾ ਵੀ ਕਿੱਥੋਂ ਹੋਣਾ ਸੀ। ਤਾਈ ਦੇ ਪੈਰੀਂ ਹੱਥ ਲਾ ਓਏ, ਜੱਸੀ ਨੇ ਮੱਥਾ ਟੇਕਿਆ ਅਤੇ ਬੁੜੀ ਦੇ ਪੈਰੀਂ ਹੱਥ ਲਾ ਦਿੱਤੇ। ਉਹ ਸੀਸਾਂ ਦੇਣ ਲੱਗੀ ਪਰ ਸਮਝੀ ਅਜੇ ਵੀ ਨਹੀਂ। ਬੈਠ ਕੇ ਦੱਸਦਾ, ਸਾਹ ਲੈ ਲਈ, ਮੈਂਗਲ ਨੇ ਕਿਹਾ। ਪਰ ਸਿੰਨੀ ਦਾ ਸੁਭਾਅ ਸੀ, ਉਹ ਕੀੜੇ ਪਤੰਗੇ ਤੋਂ ਆਥਣ ਦੀ ਰੋਟੀ ਸਦਿਆਂ ਹੀ ਪਕਾ ਲੈਂਦੀ। ਇਸ ਗੱਲ ਦਾ ਮੈਂਗਲ ਨੂੰ ਪਤਾ ਸੀ। ਪਰ ਸਿੰਨੀ ਨੇ ਕੱਲ੍ਹ ਵਾਸਤੇ ਵੀ ਸਾਬਤ ਮੂੰਗੀ ਦੀ ਦਾਲ ਹੁਣੇ ਬਣਾ ਲਈ ਸੀ, ਇਸ ਕਰਕੇ ਉਹਨਾਂ ਤਿੰਨਾਂ ਨੂੰ ਸਰ ਗਿਆ। ਆਟਾ ਮੱਕੀ ਦਾ ਉਹਨੇ ਹੋਰ ਗੁੰਨ ਲਿਆ, ਘਰ 'ਚ ਦੇਸੀ ਘਿਓ ਵੀ ਸੀ। ਮੈਂਗਲ ਨੂੰ ਆਪਣੇ ਘਰ ਦੀ ਰੋਟੀ ਖਾ ਕੇ ਪੂਰਾ ਆਨੰਦ ਆਇਆ। ਇੰਨੀ ਸਵਾਦ ਰੋਟੀ ਪਿਛਲੇ 15 ਸਾਲਾਂ ਤੋਂ ਕਿਧਰੇ ਨਹੀਂ ਖਾਧੀ ਸੀ। ਹਰੀਆਂ ਮਿਰਚਾਂ ਦਾ ਅਚਾਰ, ਰਾਈ ਪਾ ਕੇ ਬਣਾਇਆ ਹੋਇਆ ਸਾਬਤ ਮੂੰਗੀ ਦੀ ਦਾਲ, ਮਸਾਲੇਦਾਰ ਅਤੇ ਮੱਕੀ ਦੀਆਂ ਰੋਟੀਆਂ, ਇਹ ਪਦਾਰਥ ਹੋਰ ਕਿਧਰੇ ਨਹੀਂ ਸੀ। ਪਰ ਜੱਸੀ ਨੇ ਨੱਕ ਮਾਰ ਕੇ ਰੋਟੀ ਖਾਧੀ। ਉਹਨੂੰ ਇੱਥੇ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ। ਉਹਦਾ ਬਾਪ ਉਹਨੂੰ ਕਿੱਥੇ ਇੱਥੇ ਚੁੱਕ ਲਿਆਇਆ ਸੀ। ਮੱਝ ਵਾਸਤੇ ਕੱਖ ਮੈਂਗਲ ਗੁਆਂਢੀਆਂ ਦੀ ਮੰਗ ਲਿਆਇਆ। ਗੁਆਂਢੀਆਂ ਨੂੰ ਪਤਾ ਲੱਗਿਆ ਤਾਂ ਜਿਵੇਂ ਅਨੋਖਾ ਚਾਅ ਚੜ੍ਹ ਗਿਆ ਹੋਵੇ। ਉਹਨਾਂ ਨੂੰ ਕਹਿਣ ਲੱਗੇ, ਹੋਰ ਲੈ ਜਾ ਜੋ ਮਰਜ਼ੀ, ਜਿਹੜੀ ਵੀ ਚੀਜ਼ ਦੀ ਲੋੜ ਹੈ। ਰੋਟੀ ਟੁੱਕ ਖਾ ਕੇ ਉਹਨਾਂ ਨੇ ਸਬਾਤ 'ਚ ਮੰਜੇ ਡਾਹ ਲਏ। ਰਜਾਈਆਂ ਗਦੈਲੇ ਘਰ 'ਚ ਹੈਗੇ ਹੀ ਸੀ। ਦਿਓਰ ਭਰਜਾਈ ਗੱਲਾਂ ਕਰਨ ਲੱਗੇ। ਕਿੱਲੇ ਟੰਗੀ ਲਾਲਟੈਨ ਲਗਾਤਾਰ ਬਲ ਰਹੀ ਸੀ। ਪਿੰਡ 'ਚ ਬਿਜਲੀ ਆ ਚੁੱਕੀ ਸੀ ਪਰ ਲੰਘੇ ਡਾਗੀ ਲਾਟੂ ਬਲਦੇ। ਉਸ ਦਿਨ ਤਾਂ ਸਵੇਰ ਤੋਂ ਬਿਜਲੀ ਨਹੀਂ ਸੀ ਆਈ। ਜੱਸੀ ਛੇਤੀ ਸੌਂ ਗਿਆ। ਪਹਿਲਾਂ ਤਾਂ ਪਰਸੀਨੀ ਨੇ ਧੌਂਕਲ ਬਾਰੇ ਸਭ ਦੱਸਿਆ। ਉਹਨੂੰ ਮਰੇ ਨੂੰ 7 ਸਾਲ ਬੀਤ ਚੁੱਕੇ ਸੀ। ਕਿਵੇਂ ਉਹਦੀਆਂ ਦੋਵੇਂ ਕਲਾਂ ਛੁੱਟ ਪਈਆਂ ਸੀ, ਉੱਧਰ ਚੱਟੀਆਂ ਉੱਧਰ ਉੱਪਰ ਛੱਲਾਂ। ਸ਼ਰੀਕੇ ਦੇ ਬੰਦੇ ਉਹਨੂੰ ਚੁੱਕ ਕੇ ਰੋਡੂ ਸ਼ਾਹ ਦੀ ਮੰਡੀ ਲੈ ਕੇ ਗਏ। ਘਰ ਤਾਂ ਉਹਦੀ ਲੋਥ ਆਈ। ਪਰਸੀਨੀ ਆਖ ਰਹੀ ਸੀ, ਉੱਦਣ ਮੈਂਗਲਾ ਮੈਂ ਤੈਨੂੰ ਬਹੁਤ ਯਾਦ ਕੀਤਾ। ਹਾਏ, ਛੋਟਾ ਇੱਥੇ ਹੁੰਦਾ ਤਾਂ ਉਹੀ ਲਾਉਂਦਾ ਚਿਤਾ ਨੂੰ ਅੱਗ। ਦਿਓਰ ਭਰਜਾਈ ਦੋਵੇਂ ਰਜਾਈਆਂ 'ਚ ਬੈਠੇ ਰੋਂਦੇ ਰਹੇ। ਫਿਰ ਪਰਸੀਨੀ ਨੇ ਅੱਖਾਂ ਪੂੰਝੀਆਂ, ਖੰਘ ਕੇ ਗਲਾ ਸਾਫ਼ ਕੀਤਾ, ਮੰਜੇ ਨੇੜੇ ਹੀ ਥੁੱਕਿਆ, ਬੋਲੀ, ਹੁਣ ਤੂੰ ਸੁਣਾ ਆਪਦੀ, ਕਿੱਥੇ ਰਿਹਾ ਇੰਨੇ ਸਾਲ, ਇਹ ਮੁੰਡਾ ਕੌਣ ਹੈ? ਮੈਂਗਲ ਨੇ ਸਰਦਾਰੋ ਦੀ ਸਾਰੀ ਕਹਾਣੀ ਸੁਣਾਈ, ਕਿਵੇਂ ਉਹ ਉਹਨੂੰ ਇੱਥੋਂ ਲੈ ਕੇ ਗਿਆ, ਕਿਵੇਂ ਉਹ ਲਹਿਰੇ ਗਾਗੇ ਦੀ ਮੰਡੀ ਕੋਲ ਲਹਿਲ ਖੁਰਦ ਪਹੁੰਚੇ, ਜਵਾਲਾ ਸਿੰਘ ਦੇ ਪਰਿਵਾਰ ਬਾਰੇ ਦੱਸਿਆ ਅਤੇ ਜਸਮੀਲ ਕੌਰ ਦਾ ਖਾਸ ਤੌਰ ਉੱਤੇ। ਕਹਿਣ ਲੱਗਿਆ, ਇਹ ਮੁੰਡਾ ਮਸਾਂ 7 ਵਰ੍ਹਿਆਂ ਦਾ ਸੀ ਜਦੋਂ ਉਹ ਮਰ ਗਈ, ਸੱਪ ਲੜ ਕੇ ਮਰ ਗਈ ਸੀ। ਮੈਂਗਲ ਚੁੱਪ ਹੋ ਗਿਆ, ਜਿਵੇਂ ਅੱਜ ਹੀ ਉਹਨੇ ਆਪਣਾ ਦੁੱਖ ਕਿਸੇ ਆਪਣੇ ਨੂੰ ਦੱਸਿਆ ਹੋਵੇ। ਉਹਨੂੰ ਅਜੀਬ ਜਿਹੀ ਰਾਹਤ ਮਿਲੀ। ਲਾਲਟੈਨ ਦਾ ਤੇਲ ਮੁੱਕ ਗਿਆ, ਪੱਕ ਕਰਕੇ ਬੁਝ ਗਈ। ਮੈਂਗਲ ਉੱਠ ਕੇ ਬਾਹਰ ਗਿਆ, ਅਸਮਾਨ ਵੱਲ ਝਾਕਿਆ। ਰਾਤ ਅੱਧੀ ਤੋਂ ਵੱਧ ਬੀਤ ਚੁੱਕੀ ਸੀ। ਉਹਨੇ ਮੈਸ ਨੂੰ ਜਾ ਕੇ ਦੇਖਿਆ, ਉਹ ਪੈਰ ਪਸਾਰ ਕੇ ਪਈ ਹੋਈ ਸੀ, ਪਾਲਾ ਕੋਈ ਖਾਸ ਨਹੀਂ ਸੀ। ਅਗਲੇ ਦਿਨ ਸਾਰੇ ਪਿੰਡ 'ਚ ਚਰਚਾ ਸੀ ਕਿ ਧੌਂਕਲ ਦਾ ਛੋਟਾ ਭਾਈ 15 ਵਰ੍ਹਿਆਂ ਪਿੱਛੋਂ ਵਾਪਸ ਆ ਗਿਆ। ਦੁੱਲੇ ਬਾਜੀਗਰ ਦੀ ਘਰ ਵਾਲੀ ਸਰਦਾਰੋ ਨੂੰ ਉਹੀ ਲੈ ਗਿਆ ਸੀ। ਉਹ ਸੁਨਾਮ ਵੱਲ ਕਿਧਰੇ ਜਾ ਟਕੇ ਸੀ, ਬਾਜੀਗਰ ਨੇ ਤਾਂ ਸੱਪ ਲੜ ਕੇ ਮਰ ਗਈ। ਉਹਨੇ ਮੈਂਗਲ ਦਾ ਮੁੰਡਾ ਜੰਮਿਆ ਸੀ, ਉਹ ਮੁੰਡਾ ਹੁਣ ਨਾਲ ਆਇਆ। ਆਂਢੀ ਗੁਆਂਢੀ ਅਤੇ ਪਿੰਡ ਦੇ ਹੋਰ ਲੋਕ ਧੌਂਕਲ ਦੇ ਘਰ ਆਉਣ ਲੱਗੇ। ਕੋਈ ਕੋਈ ਤਾਂ ਜੱਸੀ ਦੇ ਮੂੰਹ ਉੱਤੇ ਆਖ ਦਿੰਦਾ, ਇਹ ਬਾਜੀਗਰਨੀ ਦਾ ਮੁੰਡਾ ਹੈ। ਜੱਸੀ ਨੂੰ ਬੜੀ ਸ਼ਰਮ ਆਉਂਦੀ, ਉਹ ਧਰਤੀ 'ਚ ਨਿੱਕਰ ਨਿੱਕਰ ਜਾਂਦਾ। ਉਹਦੀ ਹੋਂਦ ਦੇ ਭੇਤ ਖੁੱਲ੍ਹ ਰਹੇ ਸਨ। ਮੈਂਗਲ ਉਹਨੂੰ ਉਪਰਾ ਉਪਰਾ ਲੱਗਣ ਲੱਗਦਾ। ਕੁਝ ਦਿਨਾਂ ਬਾਅਦ ਮੈਂਗਲ ਆਪ ਜਾ ਕੇ ਜੱਸੀ ਨੂੰ ਰੋਡੂ ਸ਼ਾਹ ਦੇ ਸਰਕਾਰੀ ਸਕੂਲ 'ਚ ਦਾਖਲ ਕਰਵਾ ਆਇਆ। ਲਹਿਰੇ ਗਾਗੇ ਤੋਂ ਸਕੂਲ ਛੱਡਣ ਦਾ ਸਰਟੀਫਿਕੇਟ ਉਹ ਲੈ ਕੇ ਆਏ ਸਨ। 7 ਮੀਲ ਉਹ ਤੁਰ ਕੇ ਜਾਂਦਾ, ਤੁਰ ਕੇ ਵਾਪਸ ਆਉਂਦਾ, ਥੱਕ ਜਾਂਦਾ। ਪੜ੍ਹਾਈ 'ਚ ਉਹਦਾ ਜੀ ਨਹੀਂ ਲੱਗਦਾ ਸੀ। ਪਿੰਡ ਦੇ ਮੁੰਡੇ ਉਹਨੂੰ ਖਿਜਾਉਂਦੇ ਵੀ ਰਹਿੰਦੇ, ਓਏ ਬਾਜੀਗਰ ਨਹੀਂ ਦਿਆ ਆਖਦੇ। ਲਹਿਰੇ ਗਾਗੇ ਉਹ ਪੂਰਾ ਹੁਸ਼ਿਆਰ ਸੀ, ਇੱਥੇ ਆ ਕੇ ਪਹਿਲਾਂ ਵੀ ਭੁੱਲਣ ਲੱਗਿਆ। ਪਰ ਸਿੰਨੀ ਉਹਨੂੰ ਬਹੁਤ ਪਿਆਰ ਕਰਦੀ, ਪੁੱਛ ਕਰਦੀ ਰਹਿੰਦੀ, ਉਹਨੂੰ ਵਧੀਆ ਖਾਣ ਨੂੰ ਦਿੰਦੀ, ਉਹਦੇ ਨਾਲ ਗੱਲਾਂ ਕਰਦੀ, ਉਹਦੀ ਮਾਂ ਬਾਰੇ ਪੁੱਛਦੀ, ਆਖਦੀ ਮੈਂ ਵੀ ਤੇਰੀ ਮਾਂ, ਤੂੰ ਉਧਰਿਆ ਨਾ ਕਰ, ਜੀ ਲਾ ਕੇ ਪੜ੍ਹਾਈ ਕਰ, ਆਪਦੀ ਅਫਸਰ ਬਣ ਜਾਏਗਾ।
ਮੱਝ ਖਾਸਾ ਦੁੱਧ ਦਿੰਦੀ, ਉਹਨਾਂ ਤਿੰਨਾਂ ਤੋਂ ਮੁੱਕਦਾ ਨਹੀਂ ਸੀ। ਮੈਂਗਲ ਮੱਝ ਲੈ ਕੇ ਖੇਤਾਂ ਨੂੰ ਜਾਂਦਾ, ਚਾਰ ਲਿਆਉਂਦਾ। ਉਹਦੇ ਕੋਲ ਪੈਸੇ ਸਨ, ਖਰਚ ਕੋਈ ਖਾਸ ਨਹੀਂ ਸੀ। ਘਰ ਦਾ ਸਾਰਾ ਖਰਚ ਪਰਸੀਨੇ ਸਿਰ ਸੀ। ਤੌਂਕਲ ਕਈ ਹਜ਼ਾਰ ਰੁਪਇਆ ਛੱਡ ਗਿਆ ਸੀ। ਇਹ ਹੁਣ ਰੋਡੂ ਸ਼ਾਹ ਦੀ ਮੰਡੀ ਵਿਜੇ ਕੁਮਾਰ ਆੜ੍ਹਤੀਏ ਕੋਲ ਜਮ੍ਹਾਂ ਸੀ। ਉਹਦਾ ਤੀਜੇ ਮਹੀਨੇ ਵਿਆਜ ਹੀ ਇੰਨਾ ਆ ਜਾਂਦਾ, ਜਿਹੜਾ ਉਹਨਾਂ ਤਿੰਨਾਂ ਲਈ ਕਾਫੀ ਸੀ। ਵਿਜੇ ਕੁਮਾਰ ਆਪ ਆ ਕੇ ਵਿਆਜ ਦੇ ਜਾਂਦਾ। ਇਹ ਰੁਪਈਆ ਧੌਂਕਲ ਨੇ ਇਹ ਕਹਿ ਕੇ ਵਿਜੇ ਕੁਮਾਰ ਨੂੰ ਫੜਾਇਆ ਸੀ ਕਿ ਜੇ ਉਹਨੂੰ ਕਦੇ ਕੋਈ ਹੀਮ ਕੀਮ ਹੋ ਜਾਏ ਤਾਂ ਇਹ ਪੈਸਾ ਉਹਦੀ ਘਰਵਾਲੀ ਪਰਸੀਨੀ ਦਾ ਉਹਨੂੰ ਦਿੱਤਾ ਜਾਵੇ। ਮੈਂਗਲ ਨੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਸੀ ਕਿ ਉਹ ਕਿਹੜਾ ਕੰਮ ਸ਼ੁਰੂ ਕਰੇ। ਉਹ ਸੱਥ ਵਿੱਚ ਬੈਠ ਜਾਂਦਾ, ਲੋਕਾਂ ਨਾਲ ਗੱਲਾਂ ਕਰਦਾ। ਵਿਸਾਖੀ ਤੋਂ ਬਾਅਦ ਉਹ ਇੱਕ ਜੱਟ ਨਾਲ ਸੀਰੀ ਰਲ ਗਿਆ। ਇਹ ਜੱਟ ਦੂਜੇ ਅਗਵਾੜੋਂ ਸੀ, ਉਹਨਾਂ ਦੇ ਸ਼ਰੀਕੇ ਵਿੱਚੋਂ ਨਹੀਂ ਸੀ। ਜੱਸੀ ਨੇ ਸੱਤਵੀਂ ਜਮਾਤ ਮਸਾਈ ਪਾਸ ਕੀਤੀ, ਅੱਠਵੀਂ 'ਚ ਹੋ ਗਿਆ। ਨਵੀਆਂ ਕਿਤਾਬਾਂ ਲੈ ਲਈਆਂ, ਪਰ ਉਹਦਾ ਜੀ ਨਹੀਂ ਲੱਗਿਆ। ਹਾਲੇ ਤੱਕ ਵੀ ਉਹਨੂੰ ਲਹਿਲ ਖੁਰਦ ਦੇ ਸੁਪਨੇ ਆਉਂਦੇ। ਬੇਬੇ ਜਸਮੇਲ ਕੌਰ ਹਿੱਕ ਉੱਤੇ ਚੜ੍ਹੀ ਰਹਿੰਦੀ। ਜੱਸੀ ਦਾ ਦਿਲ ਕਰਦਾ ਉਹ ਉਹਨਾਂ ਹੀ ਜਵਾਕਾਂ 'ਚ ਜਾ ਕੇ ਬੈਠੇ, ਉਹਨਾਂ ਨਾਲ ਖੇਡੇ ਅਤੇ ਲਹਿਰੇ ਗਾਗੇ ਸਕੂਲ ਜਾਇਆ ਕਰੇ। ਉਹਦੀ ਸਿਹਤ ਅੱਧੀ ਵੀ ਨਹੀਂ ਰਹਿ ਗਈ ਸੀ। ਉਹ ਸੁੱਕ ਕੇ ਤਾਂਬੜ ਹੋਇਆ ਪਿਆ ਸੀ, ਭੁੱਖ ਨਹੀਂ ਲੱਗਦੀ ਸੀ। ਰੋਟੀ ਖਾਣ ਲੱਗਦਾ, ਬੁਰਕੀ ਮੂੰਹ 'ਚ ਹੀ ਫੁੱਲ ਜਾਂਦੀ। ਤਾਈ ਪਰਸੀਨੀ ਦਾ ਪਿਆਰ ਉਹਨੂੰ ਉੱਪਰਾ ਉੱਪਰਾ ਲੱਗਦਾ। ਉਹਨੂੰ ਆਪਣਾ ਬਾਪ ਵੀ ਉੱਪਰਾ ਸੀ, ਜਿਵੇਂ ਕੋਈ ਹੋਰ ਬੰਦਾ ਉਹਨੂੰ ਜ਼ਬਰਦਸਤੀ ਫੜ ਕੇ ਇਸ ਪਿੰਡ 'ਚ ਲੈ ਆਇਆ ਹੋਵੇ। ਮਈ ਜੂਨ ਦਾ ਮਹੀਨਾ ਸੀ, ਸਕੂਲ 'ਚ ਗਰਮੀ ਦੀਆਂ ਛੁੱਟੀਆਂ ਹਾਲੇ ਹੋਈਆਂ ਨਹੀਂ ਸੀ। ਜੱਸੀ ਦੇ ਨੇ ਪਿਓ ਕੋਲ ਬਹਾਨਾ ਲਾਇਆ ਕਿ ਉਹਨੇ ਦੋ ਕਿਤਾਬਾਂ ਅਤੇ ਚਾਰ ਕਾਪੀਆਂ ਹੋਰ ਮੁੱਲ ਲੈਣੀਆਂ, ਨਵਾਂ ਪੈੱਨ ਅਤੇ ਜਮੈਟਰੀ ਬਾਕਸ ਵੀ ਖਰੀਦਣਾ। ਮੈਂਗਲ ਅਨਪੜ੍ਹ ਬੰਦਾ ਸੀ, ਉਹਨੂੰ ਇਹਨਾਂ ਚੀਜ਼ਾਂ ਦਾ ਕੋਈ ਪਤਾ ਨਹੀਂ ਸੀ। ਉਹਨੇ ਪੁੱਛਿਆ, ਤੂੰ ਪੈਸੇ ਦੱਸ ਕਿੰਨੇ ਚਾਹੀਦੇ? 30 ਰੁਪਈਏ, ਜੱਸੀ ਨੇ ਕਿਹਾ। ਮੈਂਗਲ ਨੇ ਪਰਸੀਨੀ ਤੋਂ ਉਹਨੂੰ 30 ਰੁਪਏ ਦਵਾ ਦਿੱਤੇ। ਪਰਸੀਨੀ ਬੋਲੀ, ਤੂੰ ਡੱਡੇ ਮੈਥੋਂ ਹੀ ਸਿੱਧਾ ਮੰਗ ਲੈਂਦਾ। ਤਾਈ ਦੀ ਗੱਲ ਸੁਣ ਕੇ ਉਹ ਸੰਗਣ ਲੱਗਿਆ, ਜੋ ਖੁਸ਼ ਖੁਸ਼ ਦਿਸਦਾ ਸੀ। ਬਸਤਾ ਚੁੱਕ ਕੇ ਰੋਡੂ ਸ਼ਾਹ ਨੂੰ ਤੁਰ ਪਿਆ, ਪਰ ਸਕੂਲ ਨਹੀਂ ਗਿਆ। ਉਹਨੇ ਲਹਿਰੇ ਗਾਗੇ ਪਹੁੰਚਣ ਲਈ ਕਈ ਦਿਨ ਪਹਿਲਾਂ ਹੀ ਰੋਡੂ ਸ਼ਾਹ ਦੇ ਬੱਸ ਅੱਡੇ ਤੋਂ ਪੁੱਛ ਰੱਖਿਆ ਸੀ, ਕਿਹੜੀ ਕਿਹੜੀ ਥਾਂ ਬੱਸ ਬਦਲੇਗੀ, ਲਹਿਰੇ ਗਾਗੇ ਤੱਕ ਕਿਰਾਇਆ ਕਿੰਨਾ। ਉੱਧਰ ਮੈਂਗਲ ਅਤੇ ਪਰਸੀਨੀ ਕਿੰਨੀ ਰਾਤ ਤੱਕ ਸੁੱਤੇ ਨਹੀਂ ਕਿ ਜੱਸੀ ਆਥਰ ਨੂੰ ਸਕੂਲੋਂ ਮੁੜਿਆ, ਕਿਉਂ ਨਹੀਂ? ਪਿੰਡ ਦੇ ਹੋਰ ਮੁੰਡੇ ਸਭ ਆ ਗਏ, ਉਹ ਕਿੱਥੇ ਆ? ਉਹਦੇ ਜਮਾਤੀਆਂ ਤੋਂ ਪਤਾ ਕੀਤਾ, ਘਰ ਘਰ ਜਾ ਕੇ ਹਰ ਕੋਈ ਆਖਦਾ ਉਹ ਤਾਂ ਅੱਜ ਸਕੂਲ ਗਿਆ ਹੀ ਨਹੀਂ, ਉਹ ਦੂਜੇ ਦਿਨ ਵੀ ਕਿੱਧਰੋਂ ਨਹੀਂ ਮੁੜਿਆ। ਮੈਂਗਲ ਨੂੰ ਪੱਕਾ ਯਕੀਨ ਸੀ ਵੀ ਉਹ ਲਹਿਲ ਖੁਰਦ ਜਾ ਪਹੁੰਚਿਆ, ਪਰ ਉਹਦਾ ਦਿਲ ਟਿਕਾਣੇ ਨਹੀਂ ਸੀ। ਉਹਦੇ ਧੁਰ ਅੰਦਰ ਕਿਧਰੇ ਸ਼ੱਕ ਜਾਗਦਾ, ਕਿਤੇ ਉਹਨੂੰ ਬਾਜੀਗਰ ਨਾ ਕਿਧਰੇ ਲੈ ਗਏ ਹੋਣ, ਅਤੇ ਗਾਂ ਕਿਧਰੇ ਲਿਜਾ ਕੇ ਉਹਨੂੰ ਮਾਰਤਾ ਹੋਵੇ। ਦੁੱਲੇ ਦੇ ਮੁੰਡੇ ਕਿਤੇ ਵੀ ਰਹਿੰਦੇ ਹੋਣ, ਉਹਨਾਂ ਨੂੰ ਥੰਮਣ ਵਾਲੇ ਦੀ ਖਬਰ ਤਾਂ ਸਾਰੀ ਪਹੁੰਚਦੀ ਹੋਊਗੀ। ਪਿੰਡਾਂ ਦੇ ਬੰਦੇ ਆਪਸ 'ਚ ਕਦੇ ਨਾ ਕਦੇ ਤਾਂ ਮਿਲ ਹੀ ਜਾਂਦੇ ਆ, ਮਿਲਦੇ ਆ ਅਤੇ ਇੱਕ ਦੂਜੇ ਦੇ ਪਿੰਡ ਦੀਆਂ ਗੱਲਾਂ ਵੀ ਜ਼ਰੂਰ ਕਰਦੇ ਆ। ਉੱਭਰਵੀਆਂ ਗੱਲਾਂ ਤੋਂ ਸੁਭਾਇਕੀ ਮੂੰਹੋਂ ਨਿਕਲ ਤੁਰਦੀਆਂ। 2 ਦਿਨ ਮੈਂਗਲ ਅਤੇ ਪਰਸੀਨੀ ਕਲਪਦੇ ਰਹੇ। 4th ਦਿਨ ਮੈਂਗਲ ਸਿੰਘ ਦੇ ਨਾਂ ਇੱਕ ਚਿੱਠੀ ਮਿਲੀ। ਉਹਨੇ ਬਾਣੀਏ ਦੀ ਦੁਕਾਨ 'ਤੇ ਜਾ ਕੇ ਚਿੱਠੀ ਪੜਵਾਈ। ਇਹ ਲਹਿਲ ਖੁਰ ਤੋਂ ਜਸਵੰਤ ਸਿੰਘ ਦੀ ਚਿੱਠੀ ਸੀ। ਇੰਨਾ ਸੁਣ ਕੇ ਹੀ ਮੈਂਗਲ ਨੂੰ ਅਥਾਹ ਤਸੱਲੀ ਹੋਈ ਕਿ ਉਹ ਜਿਉਂਦਾ ਹੈ। ਲਿਖਿਆ ਸੀ ਕਿ ਉਹ ਹੁਣ ਲਹਿਲ ਖੁਰਦ ਹੀ ਰਹੇਗਾ ਹਮੇਸ਼ਾ ਵਾਸਤੇ। ਉਹਦਾ ਬਾਪ ਉਹਨੂੰ ਕਦੇ ਵੀ ਲੈਣ ਨਾ ਆਵੇ। 1-2 ਦਿਨਾਂ ਤੱਕ ਬੇਬੇ ਜਸਮੇਲ ਕੌਰ ਉਹਨੂੰ ਲਹਿਰ ਗਾਗੇ ਸਕੂਲ ਦਾਖਲ ਕਰਵਾਉਣ ਜਾਏਗੀ। ਧੰਨਵਾਦ। ਇਹ ਨੋਵਲ ਸਰਦਾਰੋ ਦੁੱਲੇ ਦੀ ਢਾਬ ਦਾ ਪਹਿਲਾ ਭਾਗ ਹੈ।